ਡੇ ਵੱਡੇ ਜਗਰਾਉਂ ਚ ਤੁਸੀਂ ਉਸੇ ਕੋਠੀ ਚ ਕਿਰਾਏਦਾਰ ਬਣੇ ਤੁਸੀਂ ਇਹ ਕੋਠੀ ਕਿਹਦੇ ਤੋਂ ਲਈ ਸੀ ਮੈਂ ਕਿਰਾਏ ਤੇ ਸ਼ੁਰੂ ਤੋਂ ਹੀ ਰਹਿ ਰਹੀ ਹਾਂ ਜਦ ਦੀ ਮੇਰੀ ਮਹਰਜ ਹੋਈ ਫਿਰ ਇਹਦਾ ਮਤਲਬ ਕੋਠੀ ਤੇ ਕਬਜ਼ਾ ਕਰ ਲਓਗੇ ਤੁਸੀਂ ਸ਼ਰਾਂ ਸਾਹਿਬ ਨੂੰ ਵੀ ਪਤਾ ਹੀ ਹੋਊ ਵੀ ਤਾਂ ਕਿਰਾਏ ਤੇ ਰਹੀ ਆ ਬੋਲਣ ਨੂੰ ਭੌਂਕਣ ਨੂੰ ਸੌਖੇ ਆਪਾਂ ਜੋ ਮਰਜ਼ੀ ਬੋਲੀ ਜਾਏਗੀ ਹਮਰਜੀਤ ਕੌਰ ਇਹ ਕਹਿ ਰਹੀ ਹੈ ਕਿ ਉਹ ਮੇਰੀ ਹੈ ਤਾਂ ਤੁਸੀਂ ਫਿਰ ਚਾਬੀਆਂ ਅਮਰਜੀਤ ਕੌਰ ਨੂੰ ਕਿਉਂ ਨਹੀਂ ਦਿੱਤੀਆਂ ਇੱਕ ਵਾਰ ਕੇ ਤੂੰ ਮੇ ਕੋਠੀ ਛੱਡੀ ਆ ਜੇ ਬੀਬੀ ਆ ਜਾਂਦੀ ਤਾਂ ਮੈਂ ਇਹਦੇ ਘੇਤਰ ਨਾ ਛੱਡਦੀ ਤੂੰ ਤੁਹਾਡੇ ਹਸਬੰਦ ਨੇ ਉਹਨਾਂ ਨੂੰ ਕਿਹਾ ਕਿ ਇੱਥੋਂ ਅੱਜ ਤੋਂ ਬਾਅਦ ਆਇਓ ਨਾ ਕਿ ਮੰਨ ਲਿਆ ਤੁਸੀਂ ਕੋਠੀ ਦੀ ਚਾਬੀ ਮੋੜਤੀ ਪਰ ਮੋੜੀ ਤਾਂ ਆਪਦੇ ਬੰਦੇ ਨੂੰ ਉਹ ਦੂਜਾ ਬੰਦਾ ਆ ਕੇ ਕਹਿੰਦਾ ਮੈਨੂੰ ਚਾਬੀ ਫੜਾਈ ਤੁਸੀਂ ਦੇ ਦੋਗੇ ਮੈਂ ਮੱਲੇ ਨਹੀਂ ਹੈਗਾ ਨਾ ਇਨਸਾਫ ਦਿੰਦੇ ਤੱਕੜੀ ਤੇ ਤੋਲ ਦਿੰਦੇ ਲੋਕ ਕਹਿ ਦਿੰਦੇ ਕਿ ਸਰਬਜੀਤ ਕੌਰ ਮਾਨੂੰ ਕਹਿੰਨੇ ਠੀਕ ਕੀਤਾ ਮੈਨੂੰ ਇੱਕ ਗੱਲ ਦੱਸੋ ਮੈਂ ਚਾਚਾ ਅਬਰਜੀਤ ਕੌਰ ਜੇ ਸੱਚੀ ਹੈ ਤਾਂ ਉਹਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਦੰਗਾਪਿੰਡਤ ਕਲੋਨੀ ਦੇ ਵਿੱਚ ਮੈਡਮ ਨੇ ਫਲੈਟ ਤੱਕ ਰੱਖੇ ਹੋਏ ਸੀ ਦੱਸੋ ਕਹਿੰਦੇ ਲਾਲ ਕਾੜ ਜੇ ਬਣਾਇਆ ਤੁਸੀਂ ਕਿਹੜੇ 84 ਦੇ ਪਿੰਡ ਤੋਂ ਉੱਥੇ ਹੀ ਕਿਉਂ ਰਹਿ ਕਿੱਥੇ ਰਵਾਂ ਜਿੱਥੇ ਮੈਂ ਰਹਿਨੀ ਉੱਥੇ ਹੀ ਕਿਉਂ ਰਹਿ ਉਹ ਮਰ ਰਿਹਾ ਉਹਨੇ ਕੋਈ ਆਵਾਜ਼ ਨਹੀਂ ਇਹਨੂੰ ਦਰਦ ਆਉਂਦਾ ਵਿੱਚ ਪੇਟ ਦਾ ਲੱਖਾਂ ਰੁਪਏ ਦਾ ਸਕੈਮ ਸੀਗਾ ਫੇਕ ਕੋਈ ਡਿਗਰੀਆਂ ਲੈ ਕੇ ਦਿੰਦੇ ਸੀਗੇ ਹਸਬੰਡ ਵਾਈਫ ਦੋਨੋਂ ਮਾਨੁਕੇ ਜੀ ਲੱਖਾਂ ਰੁਪਏ ਦਾ ਸਕੈਮ ਸੀ ਤੂੰ ਕਾਦੀ ਘਤਰ ਸਾਮ ਕੇ ਰੱਖੀ ਬੇਟਾ ਦੇ ਕੰਪਲੇਂਟ ਮੇਰੀ ਉਹ ਚੈਲੰਜ ਕਰਦੇ ਹੋ ਕਹਿੰਦੇ ਸੀਬੀਆਈ ਜਾਂਚ ਕਰਾ ਲਓ ਉਹ ਕਹਿੰਦੇ ਮੇਰੀ ਵੀ ਕਰਾ ਲਓ ਤੇ ਸਰਬਜੀਤ ਘਰ ਮਾਨੁਕੇ ਤੇ ਕਟਾਰੂ ਚੱਕ ਦੀ ਵੀ ਕਰਾ ਲਓ ਉਹਨਾਂ ਨੂੰ ਜੇ ਮੌਲਿਕ ਜੇਤੋ ਉਹ ਵੀ ਅਸੀਂ ਐ ਇਹਨੇ ਗੱਡੀ ਕਿੱਥੋਂ ਲੈ ਆਂਦੀ ਮੋਬਾਈਲ ਚਾਰਜਰ ਵਾਲਾ ਮੇਰੇ ਮੂਰੇ ਬੈਠਦਾ ਮੈਨੂੰ ਸ਼ਰਮ ਆਉਂਦੀ ਐ ਚਾਹੇ ਪ੍ਰਤਾਪ ਬਾਜਵਾ ਹੋਵੇ ਚਾਹੇ ਸਖਪਾਲ ਖੈਰਾ ਹੋਵੇ ਉਹਨਾਂ ਦਾ ਦਲਿਤ ਪ੍ਰਤੀ ਚਿਹਰਾ ਨੰਗਾ ਹੋ ਰਿਹਾ ਅਸੀਂ ਇਨਸਾਨ ਨਹੀਂ ਸਾਡੇ 'ਚ ਮੁਸ਼ਕਲ ਨਾ ਬੋਟਾਣੇ ਨੇ ਤੁਸੀਂ ਕਿਵੇਂ ਬੇੜੀਆਂ 'ਚ ਪੜਦੇ ਹੋ ਸਾਡੇਆਂ 'ਚ ਤੁਸੀਂ ਵਾਰ-ਵਾਰ ਇਹ ਗੱਲ ਦਾ ਜ਼ਿਕਰ ਕਰ ਰਹੇ ਹੋ ਕਿ ਤੁਸੀਂ ਦਲਿਤ ਪਰਿਵਾਰ ਤੋਂ ਤੁਹਾਡੇ ਪਰਿਵਾਰਾਂ ਦੇ ਵਿੱਚ ਕੋਠੀਆਂ ਨਹੀਂ ਹੁੰਦੀਆਂ ਜਗਰਾਉ ਤੋਂ ਵਿਦਾਇਕਾ ਸਰਬਜੀਤ ਕੌਰ ਮਾਨੁਕੇ ਵੱਡੇ ਸਵਾਲਾਂ ਦੇ ਘੇਰੇ 'ਚ ਨੇ ਦੋਸ਼ ਨੇ ਕਿ ਐਨਆਰਆਈ ਪਰਿਵਾਰ ਦੀ ਹੀਰਾਬਾਗ ਦੇ ਵਿੱਚ ਇੱਕ ਕੋਠੀ ਸੀ ਉਸ ਤੇ ਕਬਜ਼ਾ ਕੀਤਾ ਔਰ ਹੁਣ ਜਦੋਂ ਕੋਠੀ ਖਾਲੀ ਕਰਨ ਦਾ ਦਾਅਵਾ ਕਰ ਰਿਹਾ ਤਾਂ ਇੱਕ ਆਪਣੇ ਹੀ ਬੰਦੇ ਨੂੰ ਕੋਠੀ ਦੀਆਂ ਚਾਬੀਆਂ ਦੇ ਦਿੱਤੀਆਂ ਅਮਰਜੀਤ ਕੌਰ ਦੇ ਨਾਂ ਤੇ ਕੋਠੀ NRI ਪਰਿਵਾਰ ਲਗਾਤਾਰ ਮੀਡੀਆ ਦੇ ਵਿੱਚ ਵੀ ਆਇਆ ਡੀਜੀਪੀ ਤੱਕ ਨੂੰ ਅਪਰੋਚ ਕੀਤੀ ਹੈ ਸਰਬਜੀਤ ਕੌਰ ਮਾਨੁਕੇ ਦਾ ਇਹਦੇ ਤੇ ਕੀ ਕਹਿਣਾ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਔਨ 에ਅਰ ਤੇ ਸਭ ਤੋਂ ਪਹਿਲਾਂ ਤਾਂ ਔਨ 에ਅਰ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਤਿਹ ਦੀ ਸਾਂਝ ਅੱਜ ਕਰਦੀ ਹੈ ਵਾਈ ਗੁੱਡ ਜੀ ਕੀ ਹਾਲ ਚਾ ਵਾਈ ਗੁੱਡ ਜੀ ਕੀ ਫਤਿਹ ਜੀ ਕੋਠੀ ਦਾ ਸੱਚ ਇਹ ਹੈ ਕਿ ਅਸੀਂ ਉਹਨਾਂ ਪਰਿਵਾਰਾਂ ਚੋਂ ਆਨੇ ਆ ਜਿੱਥੇ ਸਾਡੇ ਕੋਲੇ ਬਹੁਤੀਆਂ ਪ੍ਰਾਪਰਟੀਆਂ ਨਹੀਂ ਹੁੰਦੀਆਂ ਤੇ ਮੈਨੂੰ ਕੋਈ ਕਹਿਣ ਚ ਕੋਈ ਸ਼ਰਮ ਨਹੀਂ ਕਿ ਨੰਦਾਸੀਆਂ ਸਿੱਖਾਂ ਦੀ ਮੈਂ ਕੁੜੀ ਆਂ। ਹੂੰ। ਦਲਿਤ ਪਰਿਵਾਰ ਦੀ ਇੱਕ ਧੀ ਆਂ। ਤੇ ਮੈਨੂੰ ਇਹ ਚ ਵੀ ਕਹਿਣ ਚ ਕੋਈ ਸ਼ਰਮ ਨਹੀਂ ਕਿ ਮੈਂ ਕਿਰਾਏ ਤੇ ਸ਼ੁਰੂ ਤੋਂ ਹੀ ਰਹਿ ਰਹੀ ਆਂ ਜਦ ਦੀ ਮੇਰੀ ਮੈਰਿਜ ਹੋਈ ਆ। ਫਿਰ ਇਹਦਾ ਮਤਲਬ ਕੋਠੀ ਤੇ ਕਬਜ਼ਾ ਕਰ ਲਓਗੇ ਤੁਸੀਂ? ਕੋਠੀ ਤੇ ਕਬਜ਼ੇ ਦੀ ਗੱਲ ਇਹ ਹੈ ਇਹ ਕੋਈ ਪਹਿਲੀ ਕੋਠੀ ਨਹੀਂ ਮੈਨੂੰ ਇਹ ਦੱਸੋ ਬਕਰਤ ਸਾਹਿਬ 15 ਦਿਨਾਂ ਚ ਕਿਹੜੇ ਕਬਜ਼ੇ ਹੁੰਦੇ ਆ? ਕਬਜ਼ਾ ਤਾਂ ਪਹਿਲੇ ਦਿਨ ਹੀ ਹੋ ਜਾਂਦਾ। ਇਸ ਤੋਂ ਪਹਿਲਾਂ ਕਬਜ਼ਾ ਤਾਂ ਹੁੰਦਾ ਜੇ ਮੇਰੇ ਕੋਲੇ ਆ ਕੇ ਕੋਈ ਮਾਲਕ ਕਹੇ ਵੀ ਇਹ ਕੋਠੀ ਮੇਰੀ ਆ ਤੇ ਮੈਨੂੰ ਮਨਾ ਕਰਾ। ਤੁਸੀਂ ਇਹ ਕੋਠੀ ਕਿਹਦੇ ਤੋਂ ਲਈ ਸੀ ਮੈਂ ਉਹੀ ਤਾਂ ਦੱਸ ਰਹੀ ਹਾਂ ਇਸ ਤੋਂ ਪਹਿਲਾਂ ਮੈਂ ਲਗਾਤਾਰ ਪਹਿਲਾਂ ਮੈਂ ਸਕੂਲ ਟੀਚਰ ਸੀ ਉਦੋਂ ਵੀ ਫਿਰ ਅਸੀਂ ਜਗਰਾਉਂ ਚਾਏ ਦੋਨੇ ਕੋਠੀਆਂ ਐਨਆਰਆਈਆਂ ਦੀਆਂ ਖਾਲੀ ਕੀਤੀਆਂ ਜਿਹੜੀ ਪਿਛਲੀ ਕੋਠੀ ਤੁਸੀਂ ਆਏ ਸੀ 2000 ਲਗਾਤਾਰ 6 ਸਾਲ ਇੱਕ ਵਾਰ ਐਗਰੀਮੈਂਟ ਕੀਤਾ ਵਿਦਾਊਟ ਐਨੀ ਰਿਟਰਨ ਐਗਰੀਮੈਂਟ ਮੈਂ ਉਸ ਕੋਠੀ ਚ ਸਹੀ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਭੈਣ ਜੀ ਥੋੜੀ ਜਿਹੀ ਰਿਪੇਅਰ ਵਗੈਰਾ ਕਰਾਉਣੀ ਹੈ ਕੀ ਆ ਪ੍ਰੇਪੇਅਰ ਕਰਵਾ ਲਈਏ ਹੂੰ ਤੇ ਮੈਂ ਸੋਚਿਆ ਵੀ ਚਲੋ ਜਦ ਤੱਕ ਰਿਪੇਅਰ ਤਾਂ ਦੇਖ ਲੈਨੇ ਆ ਸਾਡੇ ਇੱਕ ਨੌਨ ਹੈ ਵਕੀਲ ਸਾਹਿਬ ਹੈ ਕਿਉਂਕਿ ਪਿਛਲੇ 21 ਦੇ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਮੇਰੇ ਤੇ ਪਰਚਾ ਹੋਇਆ ਸੀ ਅਕਸਰ ਉਹਦਾ ਉਹਦੀ ਤਰੀਕ ਭੁਗਤਣ ਅਸੀਂ ਕੋਰਟ ਦੇ ਵਿੱਚ ਜਾਂਦੇ ਰਹਿੰਦੇ ਆ ਹੂੰ ਮੇਰੇ ਉੱਤੇ 20 25 ਤਾਂ ਵਕੀਲ ਹੁੰਦੇ ਆ ਸਾਡੇ ਉੱਥੇ ਜਿਹੜੇ ਤਕਰੀਬਨ ਸਾਰੇ ਮਿਲ ਲੈਨੇ ਆ ਛੋਟਾ ਜਿਹਾ ਡਾਗਰਾਉਂਡ ਸ਼ਹਿਰ ਆ ਜਿਹਦੇ ਵਿੱਚ ਅਸੀਂ ਭਾਈਚਾਰੇ ਉਹਨਾਂ ਨੇ ਕਿਹਾ ਭੈਜੀ ਵੀ ਜੇ ਤੁਸੀਂ ਥੋੜੇ ਸਮੇਂ ਲਈ ਰਹਿਣਾ ਤਾਂ ਮੇਰੀ ਕੋਠੀ 'ਚ ਰਹਿ ਜਾਓ ਹੂੰ ਅਸੀਂ ਪ੍ਰੋਪਰ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਮੈਂ ਇੱਕ ਰਿਟਰਨ ਐਗਰੀਮੈਂਟ ਪ੍ਰੋਪਰ ਦੇਖਿਆ ਕੀਤਾ ਠੀਕ ਹੈ ਅਸੀਂ ਕੀ ਕੀਤਾ ਕਿਰਾਇਆ ਨਾਮਾ ਜਦੋਂ ਕੋਈ ਵੀ ਪੰਜਾਬ ਚ ਕੋਠੀ ਕਿ ਲੈਂਦਾ ਕਿਰਾਏ ਤੇ ਹਮ ਮਾਲਕ ਮਕਾਨ ਤੇ ਕਿਰਾਏਦਾਰ ਦਾ ਇਕਰਾਰਨਾਮਾ ਹੁੰਦਾ ਹਮ ਇਕਰਾਰਨਾਮਾ ਪ੍ਰੋਪਰ ਰਜਿਸਟਰਡ ਹੋਇਆ ਰਜਿਸਟਰਡ ਤੋਂ ਬਾਅਦ ਅਸੀਂ ਸ਼ਿਫਟ ਕਰ ਗਏ ਉਸ ਤੋਂ ਬਾਅਦ ਐਨ ਆਰ ਆਈ ਕੋਈ ਲੇਡੀ ਆਈ ਉਹਨੇ ਰੌਲਾ ਪਾਇਆ ਵੀ ਕੋਠੀ ਤਾਂ ਮੇਰੀ ਹੈ ਉਹ ਵਕੀਲ ਕੌਣ ਸੀ ਉਹ ਵਕੀਲ ਕਰਮ ਸਿੰਘ ਜੀ ਠੀਕ ਹੈ ਉਹ ਤਾਂ ਤੁਹਾਡੇ ਕਾਫੀ ਨੌਨ ਨੇ ਫੋਟੋਆਂ ਨੇ ਤੁਹਾਡੇ ਨਾਲ ਉਹਨਾਂ ਦੀਆਂ ਦੇਖੋ ਮੇਰੀ ਗੱਲ ਉਹ ਵੀ ਜਾਣਕਾਰ ਨੇ ਤੁਹਾਡੇ ਹੀ ਬੰਦੇ ਨੇ ਉਹ ਤੁਹਾਡੇ ਹੀ ਨਾਲ ਰਹਿੰਦੇ ਆ ਦੇਖੋ ਮੇਰੇ ਪਿੰਡ ਚੀਮਿਆਂ ਦਾ ਉਹ ਬੰਦਾ ਮੇਰੇ 99 ਪਿੰਡਾਂ 99 ਪਿੰਡਾਂ ਚ ਲੋਕ ਮੈਨੂੰ ਜਾਣਦੇ ਆ ਉਹ ਵੀ ਜਾਣਦੇ ਆ ਜਿਹੜੇ ਪਹਿਲਾਂ ਅਕਾਲੀ ਸੀ ਕਾਂਗਰਸੀ ਸੀ ਉਹ ਵੀ ਜਾਣਦੇ ਆ ਜਿਹੜੇ ਮੇਰੀ ਪਾਰਟੀ ਨਾਲ ਚੱਲੇ ਆ ਪਰ ਤੁਹਾਨੂੰ ਮੈਂ ਤੁਸੀਂ ਦੇਖ ਲਿਓ ਪੇਜਿਸ ਤੇ ਫੋਟੋ ਆ ਪੰਨਾ ਉਹ ਪਹਿਲਾਂ ਇੱਕ ਕਾਂਗਰਸ ਪਾਰਟੀ ਦੇ ਸਰਗਨ ਵਰਕਰ ਸੀ ਵਕੀਲ ਕਦੇ ਵੀ ਕਿਸੇ ਪਾਰਟੀ ਦਾ ਨਹੀਂ ਹੁੰਦਾ ਵਕੀਲ ਉਹਦਾ ਹੁੰਦਾ ਜਿਵੇਂ ਜਿਵੇਂ ਕੇਸਿਸ ਦੇ ਨਾਲ ਡੀਲ ਕਰਦੇ ਆ ਲਿੰਕ ਬਣਦੇ ਆ ਮਿਲ ਜਾਂਦੇ ਆ ਤੁਸੀਂ ਆਪ ਮੰਨਿਆ ਵੀ ਤੁਹਾਡੇ ਜਾਣਕਾਰ ਨੇ ਅਗਲੀ ਗੱਲ ਇਹ ਹੈ ਮੈਨੂੰ ਇਹ ਦੱਸੋ ਮੱਕੜ ਤੁਸੀਂ ਕਹਿ ਰਹੇ ਹੋ ਤੁਹਾਡੇ ਜਾਣਕਾਰ ਨੇ ਅੱਛਾ ਮੱਕੜ ਸਾਹਿਬ ਇੱਕ ਪੱচ্চਾ ਹੋਇਆ ਉਦੋਂ ਵਕੀਲ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿਰਾਏ ਤੇ ਕੋਠੀ ਲੈਣੀ ਆ ਬਿਨਾਂ ਜਾਣ ਤੋਂ ਕੌਣ ਦੇ ਦੂ ਸੱਤ ਬਗਾਨੇ ਨੂੰ ਕਿਰਾਏ ਤੇ ਐਮਐਲਏ ਨੂੰ ਕੌਣ ਨਹੀਂ ਦੇਊਗਾ ਤੇ ਕਿਉਂ ਦਊਗਾ ਕੋਈ ਆ ਦੇਖ ਲਓ ਹੁਣ ਅਗਲੀ ਗੱਲ ਇਹੀ ਹੈ ਸੱਤ ਬਗਾਨਿਆਂ ਨੂੰ ਤੁਹਾਨੂੰ ਕੋਈ ਜਾਣ ਪਛਾਣ ਦੀ ਲੋੜ ਥੋੜੀ ਹੈ ਤੁਸੀਂ ਮੁਤਾਜ ਥੋੜੀ ਹੋ ਜਗਰਾਉਂਦੇ ਵਿੱਚ ਜਾਣ ਪਛਾਣ ਦੇ ਜਿਹਨੇ ਮੈਂ ਜਦੋਂ ਪਹਿਲੇ ਤੁਸੀਂ ਕਿਸੇ ਵੀ ਵਾਰ ਨੂੰ ਖੜਕਾ ਕੇ ਪੁੱਛੋ ਸਰਬਜੀਤ ਕੌਰ ਮਾਨੂੰ ਕੇ ਕੌਣ ਹੈ 25000 ਤੋਂ ਪਿਛਲੀ ਵਾਰੀ ਜਿਤਾਇਆ ਹੈ ਤੱਕੀ ਜਿਤਾਇਆ ਲੋਕਾਂ ਨੇ 40000 ਨਾਲ ਜਿਤਾਇਆ ਮੈਂ ਇੱਕਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਦੇਖੋ ਨਾ ਕਿਸੇ ਜਾਣ ਪਛਾਣ ਦੀ ਮੈਨੂੰ ਮੇਰੀ ਪਾਰਟੀ ਨੇ ਤੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਜਾਣ ਪਛਾਣ ਦਿੱਤੀ ਮੁਤਾਜ ਬਣਾਇਆ ਲੋਕਾਂ ਨੇ ਮੈਂ ਜਿੱਤੀ ਪਰ ਜਿੱਤਣ ਤੋਂ ਬਾਅਦ ਜਿਹੜੀ ਇਹਨਾਂ ਪਾਰਟੀਆਂ ਨੇ ਰਲ ਕੇ ਕਰਾਏ ਤੇ ਲੈਣਾ ਮੈਨੂੰ ਇਹ ਦੱਸੋ ਕੀ ਦਾ ਜੁਰਮ ਆ ਕਰਾਏ ਤੇ ਕਰ ਲੈਣਾ ਇਹ ਕਾਂਗਰਸ ਪਾਰਟੀ ਦਾ ਦਲਤ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਜੇ ਸਾਡਾ ਮੂਲਕ ਗੱਡੀ ਲੈ ਲੈਂਦਾ ਤਾਂ ਇਹਨਾਂ ਨੂੰ ਅੱਗ ਲੱਗ ਜਾਂਦੀ ਇਹ ਗੱਡੀ ਲੈ ਆਇਆ ਜਿਉਂ ਵਿਚਾਰਾ ਸਾਡਾ ਉੱਗੋ ਕੇ ਮੋਬਾਈਲ ਚਾਰਜਰ ਵਾਲਾ ਐਮ ਐਲ ਏ ਬਣ ਜਾਂਦਾ ਇਹ ਕਨੇ ਹਾਏ ਹਾਏ ਕਹੇ ਦਾ ਸਾਡੇ ਵੀ ਉੱਪਰ ਬਿਠਾਤਾ ਪਿਛਲੇ ਲੰਬੇ ਸਮੇਂ ਤੋਂ ਦੋਨਾਂ ਜਣੇ ਦੇ ਨਾਲ ਕੇ ਐਸਾ ਜਲੂਸ ਕੱਢਿਆ ਹੋਇਆ ਮੈਨੂੰ ਪੂਰੇ ਸੰਸਾਰ ਦੇ ਬਰਡ ਦੇ ਵਿੱਚ ਮੀਡੀਆ ਤੇ ਚਲਾਰ ਚਲਾ ਕੇ ਨੰਗਾ ਕਰਕੇ ਧਰਤਾ ਵੀ ਇਹ ਕਰਾਇਤੇ ਰੰਦੀ ਆ ਇਹ ਕੋਠੀਆਂ ਨਹੀਂ ਬਣਾ ਸਕਦੀ ਨਹੀਂ ਬਣਾ ਸਕਦੀ ਮੈਂ ਮੇਰੇ ਕੋਲ ਜਿੰਨੀ ਕੁ ਪੈਸਾ ਜਿੰਨੀ ਕੁ ਮੇਰੇ ਕੋਲ ਤਨਖਾਹ ਉਹਦੇ ਚ ਮੈਂ ਆਪਣੇ ਬੱਚਿਆਂ ਦਾ ਟੱਟ ਪਾਲਦੀ ਆ ਮੈਂ ਕਿਸੇ ਦੇ ਕਿਸੇ ਨੂੰ ਕੋਈ ਗੱਲ ਨਹੀਂ ਪੜਦੀ ਪਰ ਮੈਨੂੰ ਕੋਈ ਸ਼ਰਮ ਨਹੀਂ ਕਰਨ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਮੈਂ ਪਹਿਲਾਂ ਜੌਬ ਵੀ ਕੀਤੀ ਆ ਮੈਨੂੰ ਕੋਈ ਵੀ ਕਹਿ ਨਹੀਂ ਤੇ ਕਰਨੇ ਚ ਕੋਈ ਫਰਕ ਨਹੀਂ ਤੁਹਾਡੇ ਚੈਨਲ ਤੇ ਕਹਿ ਰਹੀਆਂ 1 ਇੰਚ ਜਗ੍ਹਾ ਲੱਭ ਕੇ ਲਿਆ ਦਿਓ ਸਾਡੇ ਘਰਾਂ ਚ ਨਹੀਂ ਹੁੰਦੀ ਇਹ ਚ ਸ਼ਰਮ ਵਾਲੀ ਕਿਹੜੀ ਗੱਲ ਆ ਸਾਡੇ ਪਿਓ ਦਾਦਿਆਂ ਦੀ ਜਿੰਨੀ ਕਿ ਜਗਾ ਉਹਦੇ 'ਚ ਸਾਡੇ ਛੋਟੇ ਭੈਣ ਭਰਾ ਅਡਜਸਟ ਕਰਦੇ ਆ ਇਹ ਚ ਸ਼ਰਮ ਵਾਲੀ ਗੱਲ ਕਿਹੜੀ ਆ ਖੈਰਾ ਸਾਹਿਬ ਨੂੰ ਵੀ ਪਤਾ ਹੀ ਆ ਉਹ ਵੀ ਤਾਂ ਕਿਰਾਏ ਤੇ ਰਹੀ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਕਿਰਾਏ ਦੀ ਕੋਠੀ ਦਾ ਕੀ ਹੁੰਦਾ ਉਹ ਚੈਲੰਜ ਕਰਦੇ ਹੋ ਕਹਿੰਦੇ ਸੀਬੀਆਈ ਜਾਂਚ ਕਰਾ ਲਓ ਉਹ ਕਹਿੰਦੇ ਮੇਰੀ ਵੀ ਕਰਾ ਲਓ ਤੇ ਸਰਬਜੀਤ ਘਰ ਮਾਨੂੰ ਕਿਤੇ ਕਟਾਰੂ ਚੱਕ ਦੀ ਵੀ ਕਰਾ ਲਓ ਮੈਨੂੰ ਮੇਰੀ ਗੱਲ ਸੁਣੋ ਮੈਂ ਆਪਣੀ ਗੱਲ ਕਰਦੀ ਆ ਖੈਰਾ ਸਾਹਿਬ ਮੈਂ ਨਹੀਂ ਕਹਿ ਰਹੀ ਮੱਕੜ ਸਾਹਿਬ ਮੈਂ ਨਹੀਂ ਕਿਹਾ ਇਹ ਪਿਛਲੇ 5 ਸਾਲ ਇਹਨਾਂ ਨੇ ਖਾਸਮ ਖਾਸ ਨੇ ਕੜਾਈ ਹੋਈ ਹੈ ਉਹ ਵੀ ਮੈਂ ਵੀਡੀਓ ਦਿਖਾਵਾਂਗੀ ਇਸ ਵਾਰ ਇਹਨਾਂ ਨੇ ਖਾਸਮ ਖਾਸ ਨੇ ਕਾਂਗਰਸ ਸਰਕਾਰ ਦੇ ਵਿੱਚ ਇਹਨਾਂ ਦੇ دوست ਰਹਿ ਚੁਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਮੇਰੀ ਕੋਠੀ ਦੀ ਜਾਂਚ ਕਰਾਓ ਜੀ ਇਹ ਕਿਰਾਏ ਤੋਂ ਕਿਰਾਏ ਤੇ ਲਈ ਹੈ ਮੈਂ ਕੋਠੀ ਕਿਰਾਏ ਤੇ ਲਈ ਮੈਂ ਓਪਨ ਕਹਿ ਰਹੀ ਹਾਂ ਵੀ ਕੋਠੀ ਕਰਮ ਸਿੰਘ ਦੀ ਹੈ ਚਾਹੇ ਉਹ ਗਲਤ ਸਹੀ ਚਸਈ ਮੇਰੇ ਤੋਂ ਇੱਕ ਗਲਤੀ ਹੋਈ ਹੈ ਜਿਸ ਤੇ ਮੈਂ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਦੀ ਹਾਂ ਕਿ ਮੈਂ ਡਿਸਪਿਊਟਡ ਪ੍ਰਾਪਰਟੀ ਕਿਰਾਏ ਤੇ ਕਿਉਂ ਲਈ ਪਰ ਤੁਸੀਂ ਉਹ ਕਹਿੰਦੇ ਅਮਰਜੀਤ ਕੌਰ ਇਹ ਕਹਿ ਰਹੀ ਹੈ ਕਿ ਉਹ ਮੇਰੀ ਹੈ ਤਾਂ ਤੁਸੀਂ ਫਿਰ ਚਾਬੀਆਂ ਅਮਰਜੀਤ ਕੌਰ ਨੂੰ ਕਿਉਂ ਨਹੀਂ ਦਿਤੀਆਂ ਦੇਖੋ ਜੀ ਦੋ ਇੰਤਕਾਲ ਆ ਜਦ ਰੂਲ ਬਣਦਾ ਜੀ ਤੋਂ ਮੈਂ ਲਈ ਉਹਨੂੰ ਦਵਾ ਦੂਜੀ ਗੱਲ ਇਹ ਦੇਖਣਾ ਕੋਰਟ ਕਚੈਰੀਆਂ ਦਾ ਕੰਮ ਹੈ ਮੇਰਾ ਨਹੀਂ ਵੀ ਉਹਦਾ ਇੰਤਕਾਲ ਕਿਦਾ ਸਹੀ ਹੈ ਮੈਂ ਤਾਂ ਇਹ ਕਹਿ ਸਕਦੀ ਸੀ ਐਸਐਸਪੀ ਸਾਹਿਬ ਨੂੰ ਵੀ ਜਿਹੜੇ ਤੇ ਐਕਸ਼ਨ ਲੈਣਾ ਜਿਹੜਾ ਗਲਤ ਔਰਤ ਐ ਐਕਸ਼ਨ ਲਓ ਜਿਹੜਾ ਸਹੀ ਐ ਉਹਨੂੰ ਚਾਬੀਆਂ ਵਾਪਸ ਕਰਤੋ ਤੁਸੀਂ ਵਿਧਾਇਕ ਹੁੰਜ ਗਰਾਉਂਦੇ ਜੇ ਤੁਸੀਂ ਵੀ ਤੁਸੀਂ ਨਾ ਵੀ ਲਈ ਹੁੰਦੀਏ ਕੋਠੀ ਜੇ ਕੋਈ ਤੁਹਾਡੇ ਕੋਲੇ ਦਰਖਾਸਤ ਲੈ ਕੇ ਵੀ ਆਂਦਾ ਅਮਰਜੀਤ ਕੌਰ ਤੁਹਾਡੇ ਕੋਲੇ ਆ ਜਾਂਦੀ ਕਿ ਮੇਰੀ ਕੋਠੀ ਤੇ ਕਬਜ਼ਾ ਫਿਰ ਵੀ ਤਾਂ ਇਨਸਾਫ ਦਵਾਉਂਦੇ ਤੁਸੀਂ ਫਿਰ ਵੀ ਮੈਂ ਐਸਐਸਪੀ ਨੂੰ ਮਾਰਕ ਕਰਕੇ ਕਹਿੰਨੀ ਵੀ ਭਾਈ ਇਸ ਚੀਜ਼ ਦੀ ਜਾਂਚ ਕਰਕੇ ਦੇ ਵਿਧਾਇਕ ਕੋਲੇ ਕਿਹੜੀ ਐਨੀ ਸਕਿਉਰਟੀ ਐ ਵੀ ਜਾ ਕੇ ਪਗਲੇ ਦੇ ਭਾਂਡੇ ਬਾਹਰ ਸਿਟੇ ਆਉਗੀ ਇਹ ਤਾਂ ਕੰਮ ਐਸਐਸਪੀ ਨੇ ਦੇਖਣਾ ਸੀ ਤੇ ਉਹ ਮੈਂ ਐਪਲੀਕੇਸ਼ਨ ਦੇ ਚੁੱਕੀ ਆਂ ਵੀ ਜਿਹੜਾ ਦੋਸ਼ੀ ਐ ਉਦੇ ਤੇ ਪਰਚਾ ਕਰੋ ਜਿਹੜਾ ਸਹੀ ਆ ਉਹਨੂੰ ਹੱਕ ਇਨਸਾਫ ਦੇ ਦਿਓ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਲੋਕਾਂ ਨੇ ਬਿਨਾਂ ਤੱਥ ਜਾਣੇ ਇੱਕ ਤਮਾਸ਼ਾ ਬਣਾ ਕੇ ਰੱਖ ਲਿਆ ਸਰਬਜੀਤ ਘਰ ਮਾਣੂ ਕੇ ਉਹਨਾਂ ਪਰਿਵਾਰਾਂ ਚ ਆਉਂਦੀ ਆ ਸਾਡੇ ਦਲਿਤ ਪਰਿਵਾਰਾਂ ਦੇ ਵਿੱਚ ਅਸਤਵਚਾਰੇ ਸਾਡੇ ਗਰੀਬਾਂ ਦਾ ਤਾਂ ਇੱਕੋ ਹੀ ਕੰਮ ਹੁੰਦਾ ਵੀ ਸਾਨੂੰ ਕੋਈ 5 ਮਰਲੇ ਦੇ ਪਲਾਟ ਦੇ ਦਿਓ ਸਾਨੂੰ ਆਟਾ ਰਾਸ਼ਨ ਦੇ ਦਿਓ ਉਹਨਾਂ ਪਰਿਵਾਰਾਂ ਦੇ ਵਿੱਚ ਸਾਡੇ ਕੋਲੇ ਕੋਠੀਆਂ ਕਿੱਥੋਂ ਅਸੀਂ ਕਿਸੇ ਤੋਂ ਲੈ ਕੇ ਰਹਿਣਾ ਹੁੰਦਾ ਇਹ ਚ ਕੋਈ ਸ਼ਰਮ ਨਹੀਂ ਮੇਰਾ ਜੇਹਾ ਤੁਸੀਂ ਚੈਲੰਜ ਕਰਦੀਆਂ ਮੈਂ ਤੁਹਾਨੂੰ ਮੈਂ ਪਹਿਲਾਂ ਦੋ ਕੋਠੀਆਂ ਚ ਜਗਰਾਉਂ ਚ ਰਹੀਆਂ ਮੈਨੂੰ ਮੇਰਾ ਮਾਲਕ ਇੱਕ ਵਾਰ ਕਹੇ ਤੋ ਮੈਂ ਕੋਠੀ ਛੱਡੀ ਆ ਜੇ ਬੀਬੀ ਆ ਜਾਂਦੀ ਤਾਂ ਮੈਂ ਇਹਦੇ ਕਿਸੇ ਤਰ੍ਹਾਂ ਨਾ ਛੱਡੀ ਕਿਉਂ ਨਾ ਛੱਡੀ ਮੈਨੂੰ ਕੀ ਲੈਣਾ ਕਿਸੇ ਦੀ ਪ੍ਰਾਪਰਟੀ ਤੇ ਪਰ ਫਿਰ ਵੀ ਮੈਂ ਐਮਐਲਏ ਹੋਣ ਦੇ ਨਾਤੇ ਆਪਦਾ اخਲਾਕੀ ਪਰ ਸਮਝਿਆ ਵੀ ਮੈਂ ਕਿਸੇ ਡਿਸਪਿਊਟਡ ਪ੍ਰਾਪਰਟੀ ਤੋਂ ਨਹੀਂ ਕੁਝ ਲੈਣਾ ਇਹ ਕੋਇਨਸੀਡੈਂਸ ਹੈ ਵੀ ਐਡੇ ਸ਼ਹਿਰ ਦੇ ਵਿੱਚ ਐਡੇ ਵੱਡੇ ਜਗਰਾਉਂ ਚ ਤੁਸੀਂ ਉਸੇ ਕੋਠੀ ਚ ਕਿਰਾਏਦਾਰ ਬਣੇ ਜਿਹੜੀ ਡਿਸਪਿਊਟਡ ਸੀਗੀ ਮੈਨੂੰ ਪਤਾ ਹੀ ਨਹੀਂ ਬੀਬੀ ਨੂੰ ਦੱਸੋ ਵੀ ਮੇਰੇ ਸ਼ਿਫਟ ਹੋਣ ਤੋਂ ਪਹਿਲਾਂ ਇਹ ਆਈ ਕਦੇ ਇਹਨੇ ਕਿਸੇ ਬੰਦੇ ਨੇ ਮੈਨੂੰ ਕਿਹਾ ਕਿ ਉਹ ਤਾਂ ਕਹਿੰਦੇ ਅਸੀਂ ਤਾਲਾ ਲਾ ਕੇ ਗਏ ਸੀ ਕੋਠੀ ਨੂੰ ਸਾਨੂੰ ਉੱਥੇ ਬੈਠਿਆਂ ਨੂੰ ਪਤਾ ਲੱਗਿਆ ਵੀ ਕੋਈ ਰਹਿਣ ਲੱਗ ਗਿਆ ਤੇ ਬਾਅਦ ਚ ਪਤਾ ਲੱਗਿਆ ਤੁਸੀਂ ਰਹਿਣ ਲੱਗ ਗਏ ਆਂਡੀਆਂ ਗਵਾਂਡੀਆਂ ਤੋਂ ਪੁੱਛੋ ਇਸ ਤਰ੍ਹਾਂ ਕਰੋ ਤੁਸੀਂ ਆ ਚਾਹੀਓ ਤੁਸੀਂ ਇਹਨਾਂ ਦੇ ਆਸ-ਪड़ोस ਤੋਂ ਪੁੱਛੋ ਬਈ ਇੱਥੇ ਤਾਲਾ ਲੱਗਣ ਦੀ ਕੰਡੀਸ਼ਨ ਸੀਕ ਨਹੀਂ ਜਿਹੜਾ ਕਰਮ ਸਿੰਘ ਉਹ ਰਿਟਾਇਰਡ ਬੈਂਕ ਮੈਨੇਜਰ ਉਹਦੇ ਪੂਰੇ ਜ਼ਿੰਦਗੀ ਦੇ ਕਰੀਅਰ ਦੇ ਵਿੱਚ ਕੋਈ 1 ਰੁਪਏ ਦਾ ਫਰਾਡ ਨਹੀਂ ਹੋ ਰਿਟਾਇਰ ਹੋਇਆ ਉਸ ਤੋਂ ਬਾਅਦ ਉਹਨੇ ਆਪ ਦਾ ਐਜ਼ ਅ ਪੇਸ਼ੀਅਨ ਵਜੋਂ ਵਕਾਲਤ ਸ਼ੁਰੂ ਕੀਤੀ ਵਕਾਲਤ ਸ਼ੁਰੂ ਕੀਤੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਪਤਾ ਕਰੋ ਕਿਸੇ ਤੋਂ ਗਲੀ ਐਂਟਰ ਕਰ ਜਿਓ ਵੀ ਕੀ ਇੱਥੇ ਤਾਲਾ ਲੱਗਣ ਦੀ ਕੰਡੀਸ਼ਨ ਸੀ ਜਾਂ ਨਹੀਂ ਸੀ ਜੇ ਨਹੀਂ ਸੀ ਤਾਂ ਫਿਰ ਬੀਬੀ ਝੂਠ ਬੋਲਦੀ ਹੈ ਤੁਸੀਂ ਕਰਮ ਸਿੰਘ ਦੀ ਵਕਾਲਤ ਕਿਉਂ ਕਰ ਰਹੇ ਹੋ ਮੈਂ ਕਿਉਂ ਕਰਾਂ ਕਰਮ ਸਿੰਘ ਦੀ ਵਕਾਲਤ ਮਤਲਬ ਉਹ ਐਨਆਰਜੀ ਵੀ ਨਹੀਂ ਕਰ ਰਹੀ ਤੁਸੀਂ ਤੁਸੀਂ ਕਹੋ ਕਿ ਜੇ ਕਰਮ ਸਿੰਘ ਗਲਤ ਹੈ ਤੇ ਫਿਰ ਉਹਦੇ ਤੇ ਕਾਰਵਾਈ ਹੋਵੇ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਕਹਿ ਚੁੱਕੀ ਹਾਂ ਵੀ ਦੋ ਦੋਨਾਂ ਚ ਕੋਈ ਦੋਸ਼ੀ ਤਾਂ ਹੈ ਉਹ ਜਾ ਉਹ ਜੇ ਕਰਮ ਸਿੰਘ ਗਲਤ ਹੈ ਤੁਸੀਂ ਕਰਮ ਸਿੰਘ ਦੇ ਪਰਚੇ ਦੀ ਹਮਾਇਤ ਕਰੋਗੇ ਵਕਾਲਤ ਕਰੋਗੇ ਬਿਲਕੁਲ ਕਰੋਗੇ ਤੇ ਇੱਥੇ ਲਿਖਾ ਕੇ ਲੈ ਜਾਓ ਮੇਰੇ ਤੋਂ ਕਿ ਕਰਮ ਸਿੰਘ ਤੇ ਪਰਚਾ ਦਰਜ ਹੋਵੇ ਜੇ ਉਹ ਗਲਤ ਹੈ ਬਿਲਕੁਲ ਹੋਣਾ ਚਾਹੀਦਾ ਜੇ ਗਲਤ ਹੈ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ ਕਿ ਜਿਹੜੇ ਵਕਾਲਤ ਨਾਮੇ ਨੇ ਜਿਹੜੇ ਪਾਰ ਆਫ ਅਟਰਨੀ ਹੈ ਉਹਦੇ ਤੇ ਜਾਲੀ ਸਾਈਨ ਕੀਤੇ ਹੋਏ ਇਸ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਸਮਝਦਾਰ ਹੋ ਦੁਨੀਆ ਚ ਵਿਚਰਨ ਵਾਲੇ ਲੋਕ ਹੋ ਜੇ ਕਿਸੇ ਪ੍ਰਾਪਰਟੀ ਦਾ ਇੰਤਕਾਲ ਜਾਲੀ ਨਿਕਲਦਾ ਹੂੰ ਠੀਕ ਹੈ ਤਾਂ ਦੋਸ਼ੀ ਹੈ ਜੇ ਉਹਦਾ ਇੰਤਕਾਲ ਵੀ ਹੋ ਗਿਆ ਜੇ ਉਹਦਾ ਪਿਛਲਾ ਰਿਕਾਰਡ ਵੀ ਹੋਈ ਜਾਂਦਾ ਸਾਰਾ ਕੁਝ ਫਿਰ ਮਾਲ ਰਿਕਾਰਡ ਦੱਸੇ ਵੀ ਕਿਉਂ ਹੋਇਆ ਇਹ ਮਾਨੂੰ ਕਿੰਨੀ ਨਹੀਂ ਦੱਸਣਾ ਇਹ ਉਹਨਾਂ ਦੀ ਡਿਊਟੀ ਹੈ ਜਿਹੜੇ ਉੱਥੋਂ ਦੇ ਅਫੀਸਰਸ ਆ ਮੇਰੀ ਕੋਈ ਡਿਊਟੀ ਨਹੀਂ ਤੁਸੀਂ ਗਲਤ ਨੂੰ ਗਲਤ ਸਹੀ ਤਾਂ ਸਹੀ ਤਾਂ ਕਹਿ ਸਕਦੇ ਹੋ ਮੈਂ ਕੋਈ ਡਿਊਟੀ ਤਾਂ ਨਹੀਂ ਹੈ ਪਰ ਜੇ ਕਰਮ ਸਿੰਘ ਗਲਤ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਕਰਮ ਸਿੰਘ ਬਾਰੇ ਪੁੱਛ ਲੋ ਈਮਾਨਦਾਰ ਹੈ ਤੁਸੀਂ ਤਾਂ ਉਹਦੀ ਵਕਾਲਤ ਕਰ ਰਹੇ ਹੋ ਮੈਂ ਬਕਾਲਤ ਨਹੀਂ ਕਰ ਰਹੀ ਜੇ ਮੈਂ ਬਕਾਲਤ ਕਰਨੀ ਹੁੰਦੀ ਤਾਂ ਕਿਵੇਂ ਐਸਐਸਪੀ ਨੂੰ ਕੰਪਲੇਨਟ ਦੇ ਕੇ ਆਉਂਦੀ ਉਸੇ ਦਿਨ ਬਈ ਦੋ ਮਾਲਕ ਨੇ ਮੈਂ ਕਿਸੇ ਕੋਠੀ ਨੂੰ ਰੈਂਟ ਤੇ ਲਿਆ ਸੀ ਮੈਂ ਤੁਹਾਨੂੰ ਇਸ ਤੋਂ ਬਾਅਦ ਮੀਡੀਆ 'ਚ ਵੀ ਦਵਾਂਗੀ ਮੈਂ ਰੈਂਟ ਤੇ ਲਈ ਸੀ ਪਰ ਰੈਂਟ ਤੇ ਲੈਣ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਵੀ ਮੇਰੀ ਕੋਠੀ ਤੇ ਡਿਸਪੂਟਡ ਪ੍ਰਾਪਰਟੀ ਹੈ ਹੂੰ ਮੈਂ ਕੋਠੀ ਖਾਲੀ ਕਰਨ ਨੂੰ ਤਿਆਰ ਹਾਂ ਪਰ ਤੁਸੀਂ ਮੈਨੂੰ ਇੱਕ ਵਾਰੀ ਇਹ ਜ਼ਰੂਰ ਦੱਸੋਗੇ ਵੀ ਇਹ ਕੋਠੀ ਦਾ ਰੀਅਲ ਓਨਰ ਕੌਣ ਹੈ ਤੇ ਮੱਕੜ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਇੱਕ ਮਹੀਨੇ ਚ ਕਬਜ਼ਾ ਹੋਇਆ ਹੋਵੇ ਕੋਠੀ ਦਾ ਕੋਠੀ ਦਾ ਕਬਜ਼ਾ ਸ਼ੋਅ ਕਰਨ ਲਈ ਮੈਨੂੰ ਕੀ ਬਣ ਕਰਨਾ ਪਊਗਾ ਮੀਟਰ ਦਾ ਹੂੰ ਜਾਂ ਮੈਨੂੰ ਕੋਈ ਪ੍ਰਾਪਰਟੀ ਦਾ ਹੂੰ ਜਾਂ ਮੈਨੂੰ ਕੋਈ ਹੋਰ ਰਿਕਾਰਡ ਦੇਣਾ ਪਏਗਾ ਮੇਰੇ ਨਾਮ ਤੇ ਤਾਂ ਕੁਝ ਵੀ ਨਹੀਂ ਮੀਟਰ ਕਿਸ ਦੇ ਨਾਮ ਤੇ ਉਹ ਜੀ ਕਰਮ ਸਿੰਘ ਦੇ ਨਾਮ ਤੇ ਅਸੀਂ ਬਿੱਲ ਉਹਨੂੰ ਦੇਣ ਲਈ ਬਚਨ ਵੱਤ ਸੀ ਠੀਕ ਹੈ ਜਿੰਨੇ ਦਿਨ ਰਹਿਏ ਅਸੀਂ ਦਵਾਂਗੇ ਮੈਂ 11 ਪੰਜ ਨੂੰ ਕੋਠੀ ਸ਼ਿਫਟ ਕੀਤੀ ਹੈ 11 6 ਨੂੰ ਮੈਂ ਨਵੀਂ ਕੋਠੀ ਚ ਆ ਗਈਆਂ 11 ਮਹੀਨੇ ਦਾ ਐਗਰੀਮੈਂਟ ਸੀ ਮੈਂ 11 ਮਹੀਨੇ ਤੋਂ ਬਾਅਦ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਜਿਹੜੇ ਕਿਰਾਏਦਾਰ ਆ 11 ਮਹੀਨੇ ਤੋਂ ਬਾਅਦ ਜਦੋਂ ਮਾਲਕ ਮਕਾਨ ਨੋਟਿਸ ਭੇਜਦਾ ਕਿਰਾਏਦਾਰਾਂ ਨਾਲ ਕੰਨੀ ਕਰਦਾ ਤਾਂ ਹੀ ਉਹ ਕੋਠੀ ਤੇ ਕਬਜ਼ਾ ਹੁੰਦਾ ਇੱਕ ਮਹੀਨੇ ਦੇ ਵਿੱਚ ਵਿੱਚ ਜੇ ਮੈਂ ਕਬਜ਼ੇ ਕਰਨੇ ਹੁੰਦੇ ਲਿਆਜੋ ਦੋਨੇ ਪਾਰਟੀਆਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੰਨੇ ਆ ਜਦੋਂ ਕਬਜੇ ਕਰ ਦਿੰਦੇ ਤਾਂ ਕੋਠੀ ਕਹਿੰਦੀ ਕਰਦੀ ਜਿਹੜੀ ਕੋਠੀ ਤੁਸੀਂ ਬੈਠੇ ਹੋ ਇਹ ਵੀ ਕੋਠੀ ਕਿਰਾਏ ਤੇ ਹੀ ਆ ਇਹਦਾ ਕੋਈ ਤੁਹਾਡਾ ਕੋਈ ਕਰਨੀਗਾ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਤੁਹਾਡੇ ਚੈਨਲ ਦੇ ਮਾਦੇ ਬਣਾਈ ਬਈ ਮੈਂ ਦਲਿਤ ਪਰਿਵਾਰ ਦੇ ਵਿੱਚੋਂ ਹਾਂ ਨਹੀਂ ਸਾਡੇ ਪਰਿਵਾਰਾਂ ਦੇ ਵਿੱਚ ਮੇਰੇ ਫਾਦਰ ਮਾਸਟਰ ਸੀ ਮਾਸਟਰ ਜੀ ਸੀ ਤੇ ਮੇਰੇ ਸਹੁਰਾ ਸਾਬ ਵੀ ਟੀਚਰ ਸੀ ਟੀਚਰਸ ਦੀ ਕਿੰਨੀ ਕਮਾਈ ਹੋएगी ਕਿ ਉਹ ਆਪਣੇ ਤਿੰਨ ਪੁੱਤਰਾਂ ਨੂੰ ਅਲੱਗ-ਅਲੱਗ ਕੋਠੀਆਂ ਪਾਕੇ ਦੇ ਦੇਵੇ 25 ਸਾਲ ਤੁਹਾਨੂੰ ਕੰਮ ਕਰਦਿਆਂ ਹੋਗੇ ਤੁਸੀਂ ਘਰ ਵੀ ਨਹੀਂ ਬਣਾ ਸਕੇ ਇੱਕ ਘਰ ਬਣਾਉਣ ਲਈ ਤੁਹਾਨੂੰ ਪਤਾ ਕਿੰਨਾ ਪੈਸਾ ਚਾਹੀਦਾ ਤਾਂ ਮੈਨੂੰ ਘਰ ਹੀ ਸ਼ਰਮ ਆ ਜੇ ਮੈਂ ਕਿਰਾਏ ਤੇ ਰਹਿਨੀ ਹੈ ਮੈਂ ਆਪਦੀ ਤਨਖਾਹ ਚੋਂ ਦਿੰਨੀ ਹੈ ਮੈਂ ਕਿਹੜਾ ਕਿਸੇ ਦੀ ਬਗਾਰ ਚੱਲਦੀ ਹੈ ਮੈਂ ਆਪਦੇ ਅਕਾਊਂਟ ਚੋਂ ਪੈਸਾ ਭੇਜਦੀ ਹੈ ਘਰ ਮੈਂ ਨਹੀਂ ਬਣਾ ਸਕੀ ਮੇਰੀ ਕੋਈ ਨਲਾਇਕੀ ਨਹੀਂ ਮੈਂ ਆਪਦੇ ਬੱਚੇ ਪੜਾਉਂਗੀ ਮੈਨੂੰ ਕਾਦੀ ਸ਼ਰਮ ਆ ਇਸ ਗੱਲ ਦੀ ਮੈਂ ਕਿਸੇ ਦੀ ਸ਼ਰਮ ਨਹੀਂ ਪਰ ਮੈਨੂੰ ਇਹ ਪਤਾ ਚਾਹੇ ਪ੍ਰਤਾਪ ਬਾਜਵਾ ਹੋਵੇ ਚਾਹੇ ਸਖਪਾਲ ਖਹਿਰਾ ਹੋਵੇ ਉਹਨਾਂ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਉਹਨਾਂ ਨੂੰ ਜੇ ਮੌਲਕ ਜਿੱਤੋ ਉਹ ਵੀ ਅਸੀਂ ਹੈ ਇਹਨੇ ਗੱਡੀ ਕਿੱਥੋਂ ਲੈ ਆਂਦੀ ਉਨੇ ਭਾਈ ਗੱਡੀ ਲਈਏ ਤੂੰ ਇਨਕਮ ਟੈਕਸ ਵਾਲਿਆਂ ਨੂੰ ਕਹ ਆਪੇ ਜੱਜ ਆਪੇ ਵਕੀਲ ਮੋਬਾਈਲ ਚਾਰਜਰ ਵਾਲਾ ਮੇਰੇ ਮੂਰੇ ਬੈਠਦਾ ਮੈਨੂੰ ਸ਼ਰਮ ਆਉਂਦੀ ਹੈ ਕਮਾਲ ਹੈ ਅਸੀਂ ਇਨਸਾਨ ਨਹੀਂ ਸਾਡੇ ਚ ਮੁਸ਼ਕਲ ਹੁੰਦਾ ਬੋਟਾ ਵਾਲਿਆਂ ਨੇ ਤੁਸੀਂ ਕਿਵੇਂ ਬੇੜੀਆਂ ਚ ਪਰਦੇ ਹੋ ਸਾਡੇਆਂ ਚ ਉਦੋਂ ਕਿਉਂ ਕਹਨੇ ਆ ਵੀ ਤੁਸੀਂ ਸਾਡੇ ਭਾਈ ਭੈਣ ਮੈਂ ਅਸੀ ਕੁੜੀ ਐ ਮੈਨੂੰ ਕੋਈ ਸ਼ਰਮ ਨਹੀਂ ਮੈਂ ਕਰਾਈ ਤੇ ਰਹਿਣੀ ਆ ਕਿਰਦਾਰ ਕੁਸ਼ੀ ਕਰਕੇ ਰੱਖਦੀ ਇਹਨਾਂ ਨੇ ਮੇਰੀ ਭਈ ਘਰ ਕਿਉਂ ਨਹੀਂ ਬਣਾ ਸਕੀ ਮੈਂ ਨਹੀਂ ਬਣਾ ਸਕੀ ਦੋ ਬੱਚੇ ਆ ਮੈਂ ਦੋਨਾਂ ਨੂੰ ਪੜਾਉਣਾ ਉਹਨਾਂ ਦੀ ਫੀਸਾਂ ਮੈਨੇਜ ਕਰਨੀਆਂ ਚੈੱਕ ਕਰਾ ਲਓ ਜਾ ਕੇ ਯੂਨੀਵਰਸਿਟੀ ਦੇ ਵਿੱਚੋਂ ਮੇਰੇ ਅਕਾਊਂਟ 'ਚੋਂ ਵੀਸ ਜਾਂਦੀ ਹੈ ਚੈੱਕ ਕਰਾ ਲਓ ਯੂਨੀਵਰਸਿਟੀ ਦੇ ਵਿੱਚੋਂ ਜਾ ਕੇ ਜਿੱਥੇ ਵੀ ਉਹ ਪੜਦਾ ਮੇਰਾ ਬੇਟਾ ਜਿੱਥੇ ਵੀ ਮੇਰਾ ਬੇਟਾ ਪੜਦਾ ਚੈੱਕ ਕਰਾਓ ਜਾ ਕੇ ਅਕਾਊਂਟ ਟੂ ਅਕਾਊਂਟ ਫੀਸ ਜਾਂਦੀ ਹੈ ਜਿਹੜਾ ਉਹਦਾ ਰਾਸ਼ਨ ਭਾੜੀ ਦਾ ਵੀ ਖਰਚਾ ਇਤੋਂ ਪੇਟੀਮੋਂ ਕਰਦੀ ਹੈ ਬੱਚੇ ਨੂੰ ਅਸੀਂ ਕੀ ਗੱਲ ਮੇਰੀ ਗੱਲ ਸੁਣੋ ਜੇ ਅਸੀਂ ਐਸਸੀ ਬੇੜਿਆਂ 'ਚੋਂ ਆਉਨੇ ਆ ਜੇ ਅਸੀਂ ਦਲਿਤ ਪਰਿਵਾਰਾਂ 'ਚੋਂ ਆਉਨੇ ਆ ਅਸੀਂ ਆਪਣੇ ਜਵਾਕਾਂ ਦੇ ਸ਼ੌਕ ਨਹੀਂ ਪੂਰੇ ਕਰ ਸਕਦੇ ਮੈਨੂੰ ਲੱਗਦਾ ਮੈਂ ਲੋਨ ਲੈ ਕੇ ਕੋਠੀ ਦਾ ਮੈਨੂੰ ਵੱਡੀ ਕਿਸਤ ਮੇਰੇ ਤੋਂ ਨਹੀਂ ਪਈ ਹੋਣੀ ਤਾਂ ਮੈਂ ਆਪਣੇ ਜਵਾਕਾਂ ਦੇ ਸਿਰ ਤੇ ਫਾਹ ਕਿਉਂ ਪਾਵਾਂ ਮੈਂ ਕਿਉਂ ਆਪਣੇ ਪਰਿਵਾਰ ਦੇ ਸਿਰ ਤੇ ਫਾਹ ਪਾਵਾਂ ਮੈਨੂੰ ਲੱਗਦਾ ਛੋਟਾ ਰੈਂਟ ਦੇ ਕੇ ਮੈਂ ਐਡਜਸਟ ਕਰ ਸਕਦੀ ਹਾਂ ਇਹ ਮੈਨੂੰ ਇੱਕ ਗੱਲ ਦੱਸੋ ਕਿ ਮਕਰਜੀ ਮੈਂ ਦਰਸ਼ਕਾਂ ਤੋਂ ਵੀ ਪੁੱਛਦੀ ਹਾਂ ਬਈ ਕੀ ਕਿਰਾਏ ਤੇ ਰਹਿਣਾ ਗੁਨਾਹ ਕਿਰਾਏ ਤੇ ਰਹਿਣਾ ਕੋਈ ਗੁਨਾਹ ਨਹੀਂ ਪਰ ਕਿਸੇ ਦੀ ਕੋਠੀ ਤੇ ਕਬਜ਼ਾ ਕਰਨਾ ਤਾਂ ਗੁਨਾਹ ਹੈ ਤੁਸੀਂ ਗੱਲ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਜੇ ਬਰ ਰੈਂਟ ਐਗਰੀਮੈਂਟ ਨਾ ਦਿਖਾ ਮੈਂ ਤਾਂਗਣਾ ਮੈਂ ਹੂੰ ਮੈਨੂੰ ਇਹ ਦੱਸੋ ਮੇਰੇ ਚ ਬੜੇ ਸਾਰੇ ਲੋਕ ਆ ਤੁਹਾਡੇ ਵਿਰੋਧੀ ਇਹ ਗੱਲ ਕਹਿ ਰਹੇ ਆ ਮੈਂ ਤੁਹਾਡੇ ਜਜ਼ਬਾਤ ਸਮਝਦਾ ਕਿ ਤੁਸੀਂ ਕਿਸ ਬੈਕਗ੍ਰਾਉਂਡ ਤੋਂ ਆਉਂਦੇ ਹੋ ਤੁਸੀਂ ਫਾਈਨੈਂਸ਼ਲੀ ਸਟਰੋਂਗ ਤੁਸੀਂ ਕਹਿ ਰਹੇ ਹੋ ਨਹੀਂ ਹੈਗੇ ਤੁਹਾਡੇ ਵਿਰੋਧੀ ਕਹਿੰਦੇ ਕਿ ਮੰਨ ਲਿਆ ਤੁਸੀਂ ਕੋਠੀ ਦੀ ਚਾਬੀ ਮੋੜਤੀ ਪਰ ਮੋੜੀ ਤਾਂ ਆਪਦੇ ਬੰਦੇ ਨੂੰ ਇਨਸਾਫ ਦਿੰਦੇ ਤੱਕੜੀ ਤੇ ਤੋਲ ਦਿੰਦੇ ਲੋਕ ਕਹਿ ਦਿੰਦੇ ਕਿ ਸਰਬਜੀਤ ਕਰਮਾਣੂ ਕਨੇ ਠੀਕ ਕੀਤਾ ਮੈਨੂੰ ਇਹ ਗੱਲ ਦੱਸੋ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਕੋਈ ਬੰਦਾ ਘਰ ਦੀ ਚਾਬੀ ਦੇ ਕੇ ਜਾਂਦਾ ਠੀਕ ਹੈ ਤੂੰ ਤੁਹਾਨੂੰ ਕਹਿੰਦਾ ਤੂੰ ਬੈਠੀ ਮੈਂ ਤੇਰੇ ਤੋਂ ਚਾਬੀ ਲੈਣ ਆਇਆ ਠੀਕ ਉਹ ਦੂਜਾ ਬੰਦਾ ਆ ਕੇ ਕਹਿੰਦਾ ਮੈਨੂੰ ਚਾਬੀ ਫੜਾਈ ਤੁਸੀਂ ਦੇ ਦੋਗੇ ਮੈਂ ਐਮਐਲਏ ਨਹੀਂ ਹੈਗਾ ਨਾ ਤੁਸੀਂ ਐਮਐਲਏ ਨਹੀਂ ਤੁਸੀਂ ਆਮ ਬੰਦੇ ਤਾਂ ਹੈਗੇ ਮੈਂ ਆਮ ਬੰਦਾ ਐਮਐਲਏ ਇੱਕ ਮਿੰਟ ਤੁਸੀਂ ਤੁਸੀਂ ਅੱਜ ਅਮਰਜੀਤ ਤੁਸੀਂ ਅਮਰਜੀਤ ਕੌਰ ਜੇ ਕਹਿੰਦੀ ਹੈ ਮੇਰਾ ਘਰ ਹੈ ਅੱਜ ਤੁਸੀਂ ਉਹਦੇ ਨਾਲ ਉਹਨੂੰ ਇਨਸਾਫ ਦਵਾ ਦਿਓ ਲੋਕ ਮੰਨ ਜਾਣਗੇ ਕਿ ਤੁਸੀਂ ਕਬਜ਼ਾ ਨਹੀਂ ਕੀਤਾ ਸੀ ਮੇਰੀ ਗੱਲ ਸੁਣੋ ਮੇਰੇ ਕੋਲੇ ਕੀ ਪਾਵਰ ਆ ਚਲੋ ਤੁਸੀਂ ਇਹੀ ਦੱਸ ਦੋ ਮੈਂ ਉਹਨੂੰ ਚੈੱਕ ਕਰਕੇ ਦੱਸਾਂ ਯੂ ਆਰ ਦਾ ਰਾਈਟ ਓਨਰ ਤੁਸੀਂ ਮਿਲੇ ਵੀ ਨਹੀਂ ਮੇਰੇ ਖਿਆਲ ਤੁਹਾਡੀ ਮੁਲਾਕਾਤ ਨਹੀਂ ਉਹ ਤਾਂ ਆਪ ਨਿੱਜੀ ਚੈਨਲਾਂ ਤੇ ਕਹਿ ਰਹੇ ਆ ਵੀ ਅਸੀਂ ਕਦੇ ਮਿਲੇ ਹੀ ਨਹੀਂ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹਨੀ ਆ ਉਹਨਾਂ ਨੇ ਕਿਹਾ ਕਿ ਅਸੀਂ ਆਪਦੇ ਬੱਚੇ ਭੇਜੇ ਤੁਹਾਡੇ ਹਸਬੰਦ ਨੇ ਉਹਨਾਂ ਨੂੰ ਕਿਹਾ ਕਿ ਇੱਥੋਂ ਅੱਜ ਤੋਂ ਬਾਅਦ ਆਇਓ ਨਾ ਇਹ ਇਹ ਵੀ ਗੱਲ ਉਹਨਾਂ ਨੇ ਕੀਤੀ ਬੀਬੀ ਅਮਰਤ ਧਾਰੀ ਆ ਬੀਬੀ ਅਮਰਤ ਧਾਰੀ ਆ ਇਹ ਉਹਨਾਂ ਦੀ ਮੂੰਹ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਬੀਬੀ ਅਮਰਤ ਧਾਰੀ ਆ ਮੈਂ ਉਹ ਤੇ ਦੀ ਵਿਸ਼ਵਾਸ ਕਰਦੀ ਬੀਬੀ ਅਮਰਤ ਧਾਰੀ ਆ ਮੈਂ ਵੀ ਗੁਰੂ ਮੰਨਣ ਵਾਲੀਆਂ ਦੋਨੇ ਗੁਰਦੁਆਰੇ ਚੜ੍ਹਦੀਆਂ ਜੇ ਕਿਸੇ ਨੇ ਕੁਝ ਕਿਹਾ ਹੋਵੇ ਉੱਥੇ ਗੱਲ ਵੜ ਜੋ ਮਰਜੀ ਕੋਠੀ ਚ ਤੁਸੀਂ ਮਰਮਮਤ ਕਰਾਈ ਕੰਮ ਵੀ ਕਰਾਇਆ ਜਿਹੜੀ ਮਰਮਮਤ ਕਰਾਈ ਉਹ ਕਰਮ ਸਿੰਘ ਨੇ ਆਪ ਕਰਾਈ ਜਿੰਨਾ ਕ ਸੀ ਇਹ ਗੱਲ ਸੁਖਪਾਲ ਸਿੰਘ ਖੈਰਾ ਨੇ ਵੀ ਟਵੀਟ ਕੀਤਾ ਕਿ ਤੁਹਾਨੂੰ ਕੀ ਅਧਿਕਾਰ ਸੀ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਜਾ ਕੇ ਉਹਨੂੰ ਚੇਂਜ ਕਰਨ ਦਾ ਜਾਂ ਉਹਦੇ ਵਿੱਚ ਮਰਮਮਤ ਕਰਨ ਦਾ ਮੈਂ ਜਦੋਂ ਗਈ ਕੋਠੀ ਐਜ਼ ਇਟ ਇਜ਼ ਸੀ ਮੈਨੂੰ ਕੋਈ ਪਤਾ ਨਹੀਂ ਉਸ ਤੋਂ ਪਹਿਲਾਂ ਕੀ ਹੋਇਆ ਜਾਂ ਕੀ ਨਹੀਂ ਤੇ ਮੈਂ ਸੁਖਪਾਲ ਸਿੰਘ ਖੈਰਾ ਨੂੰ ਜ਼ਿਆਦਾ ਪਤਾ ਹੋਵੇਗਾ ਇਹ ਮੈਂ ਨਹੀਂ ਇਹਦੇ ਬਾਰੇ ਜਾਣਦੀ ਆਪਣੀ ਪੀੜੀ ਥੱਲੇ ਛੋਟਾ ਮਾਰ ਲੈਣ ਆਪਦੀ ਆਪਦੀ ਕੋਠੀ ਦਾ ਕੋਈ ਬਾਲੀਵਾਰ ਸਲੱਬ ਲਿਆਉਣ ਇੱਕ ਫਲੈਟ ਦੇ ਵਿੱਚ ਜਿਹੜਾ ਉਹ ਕਹਿੰਦੇ ਐ ਸੁਪਾਲ ਸਿੰਘ ਘਹਿਰਾ ਉਹ ਕਹਿੰਦੇ ਐ ਕਿ ਜਿਹੜਾ ਦੰਗਾਪਿੰਡਤ ਕਲੋਨੀ ਦੇ ਵਿੱਚ ਮੈਡਮ ਨੇ ਫਲੈਟ ਤੱਕ ਰੱਖੇ ਹੋਏ ਸੀ ਇਸ ਤਰ੍ਹਾਂ ਕਹਿੰਦੇ ਲਾਲ ਕਾਰਡ ਜੇ ਬਣਾਇਆ ਤੁਸੀਂ ਕਿਹੜੇ 84 ਦੇ ਪਿੰਡ ਤੋਂ ਮੈਂ ਮੈਨੂੰ ਖਹਿਰਾ ਸਭ ਨੂੰ ਅੱਜ ਮੈਂ ਚੈਲੰਜ ਕਰਦੀ ਆ ਤੁਹਾਡੇ ਮੇਰੇ ਚੈਨਲ ਦੇ ਮਾਧਿਅਮ ਨਾਲੇ ਮੇਰਾ ਲਾਲ ਕਾਰਡ ਕੱਢ ਕੇ ਲਿਆ ਜੇ ਪਿਓ ਦਾ ਹੈਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਬੋਲਣ ਨੂੰ ਭੌਂਕਣ ਨੂੰ ਸੌਖੇ ਆਪਾਂ ਜੋ ਮਰਜ਼ੀ ਬੋਲੀ ਜਾਏਗੀ ਮੈਂ ਬਿਲਕੁਲ ਮੰਦੀ ਐ ਇਸ ਗੱਲ ਨੂੰ ਵੀ ਜਦੋਂ ਮੈਂ ਸਕੂਲ ਚ ਟੀਚਰ ਸੀ ਮੇਰਾ ਐਡਰੈਸ ਮੈਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੇ ਦੱਸਣ ਨੂੰ ਮੈਂ ਉੱਥੇ 2000 ਜਦੋਂ ਮੇਰੀ ਮੈਰਿਜ ਹੋਈ ਮੈਂ ਆਪਣੇ ਹਸਬੰਦ ਨਾਲ ਰਹੀ ਉੱਥੇ ਉੱਥੇ ਅਸੀਂ ਬੱਚਿਆਂ ਨੂੰ ਟਿਊਸ਼ਨਾਂ ਪੜਾਈਆਂ ਕਿਉਂਕਿ ਅਸੀਂ ਆਪਣੇ ਹੱਕਰ ਮਿਹਨਤ ਦੀ ਕਮਾਈ ਕਰਨ ਵਾਲੇ ਲੋਕ ਫਿਰ ਉੱਥੇ ਕਿਉਂ ਰਹਿ ਉੱਥੇ ਕਿਤੇ ਹੋਰ ਕਿੱਥੇ ਰਵਾਂ ਜਿੱਥੇ ਮੈਂ ਰਹਿੰਨੀ ਉੱਥੇ ਹੀ ਕਿਉਂ ਰਹਿ ਕਿਉਂ ਰਵਾਂ ਤੇ ਕਿੱਥੇ ਰਵਾਂ ਮੈਨੂੰ ਦੱਸੋ ਮੈਂ ਸੜਕ ਤੇ ਝੁੱਗੀ ਬਣਾ ਲੈਣੀ ਆ ਕਿ ਬੱਚੇਤੇ ਰਹੀ ਉਹਨਾਂ ਨੂੰ ਪ੍ਰੋਬਲਮ ਨਹੀਂ ਕੋਈ ਉਹ ਮੈ ਰਿਆ ਉਹਨੇ ਕੋਈ ਆਵਾਜ਼ ਨਹੀਂ ਇਹਨੂੰ ਦਰਦ ਆਉਂਦਾ ਵਿੱਚ ਪੇਟ ਦਾ ਦੂਜੀ ਗੱਲ ਉਹ ਤੇਵੇਂ ਹਜ਼ਾਰਾਂ ਬੱਚਿਆਂ ਨੂੰ ਟਿਊਸ਼ਨ ਪੜਾਈ ਦੁਗਰੀ ਚਲੇ ਜਾਓ ਬੱਚੇ ਮੇਰੀ ਗਵਾਹੀ ਦੇਣਗੇ ਇਸ ਗੱਲ ਦਾ ਵੀ ਦੋਸ਼ ਹੈ ਤੁਹਾਡੇ ਤੇ ਉਹ ਕਹਿੰਦੇ ਲੱਖਾਂ ਰੁਪਏ ਦਾ ਸਕੈਮ ਸੀਗਾ ਫੇਕ ਕੋਈ ਡਿਗਰੀਆਂ ਲੈ ਕੇ ਦਿੰਦੇ ਸੀਗੇ ਹਸਬੰਡ ਵਾਈਫ ਦੋਨੋਂ ਮਾਨੂੰਕੇ ਜੀ ਤੇ ਉਹਨਾਂ ਦੇ ਹਸਬੰਡ ਦੇ ਬੱਚਿਆਂ ਤੋਂ 2-2 3-3 ਲੱਖ ਚ ਡਿਗਰੀ ਵੇਚੀ ਹੈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਖੈਰਾ ਸਾਹਿਬ ਜੇ ਆਪਦੀ ਗੱਲ ਦੇ ਸੱਚੇ ਹੋ ਨਾ ਤੁਸੀਂ ਕੱਢ ਕੇ ਲਿਓ ਸਾਡੇ ਨਾਂ ਤੇ ਕੁਝ ਤਾਂ ਹੋਊਗਾ ਮੈਂ ਪਲੱਸ 1 ਪਲੱਸ 2 ਦੀਆਂ ਟਿਊਸ਼ਨਾਂ ਪੜ੍ਹਾਇਆ ਨੇ ਨੇਕਾ ਬੱਚੇ ਜਾਣਦੇ ਐ ਤੇ ਦੂਜੀ ਗੱਲ ਲੱਖਾਂ ਰੁਪਏ ਦਾ ਸਕੈਮ ਸੀ ਤੂੰ ਕਾਦੀ ਘਤਰ ਸੈਮ ਕਰ ਰਹੀ ਬੇਟਾ ਦੇ ਕੰਪਲੇਂਟ ਮੇਰੀ ਕੰਪਲੇਂਟ ਤੇ ਜੇ ਹਿੰਮਤ ਆ ਦੂਜੀ ਤੀਜੀ ਗੱਲ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕਹਿਣ ਦੀ ਤੁਸੀਂ ਮੇਰਾ ਪਿਛਲਾ ਸਰਟੀਫਿਕੇਟ ਕੱਢੋ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਿਹੜਾ ਮੈਂ ਮੇਰਾ ਐਮ.ਐਲ.ਏ ਵਾਲਾ ਸਰਟੀਫਿਕੇਟ ਕੱਢੋ ਉਹਦੇ ਤੇ ਇਸੇ ਘਰ ਦਾ ਡਰੈੱਸ ਹੈ ਜਦੋਂ ਮੈਂ ਇਸ ਕੋਠੀ ਚ ਸ਼ਿਫਟ ਕੀਤੀ ਉਤੋਂ ਫਲੈਟ ਚ ਸ਼ਿਫਟ ਕਰਕੇ ਮੈਂ ਕਿਤੇ ਮਕਾਨ ਚਾਈ ਰਾਇਲ ਬਿਲਾ ਚ ਜਿਹਦੇ ਓਨਰ ਨੇ ਮੈਨੂੰ ਖੁਦ ਕਿਹਾ ਤੁਹਾਨੂੰ ਮੈਂ ਦੱਸਿਆ ਜਦੋਂ ਅਚਾਨਕ ਮੈਨੂੰ ਪਤਾ ਲੱਗਿਆ ਵੀ ਕਿ ਜਗਰਾਉਂ ਤੋਂ ਮੈਨੂੰ ਟਿਕਟ ਮਿਲੀ ਜਾ ਕਿਉਂਕਿ ਸਾਡੀ ਪਾਰਟੀ ਨੇ ਮੈਨੂੰ ਓਨਰ ਦਿੱਤਾ ਮੇਰੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀ ਮੈਂ ਰਹਿਣਾ ਕਿੱਥੇ ਉਦੋਂ ਤੱਕ ਤੁਸੀਂ ਜਗਰਾਉਂ ਨਹੀਂ ਆਏ ਸੀ ਮੈਂ ਮੇਰੇ ਪਿੱਕੇ ਆ ਮੇਰੇ ਇੱਥੇ ਪਿੱਕੇ ਆ ਪੇਕੇ ਆਨੇ ਘਰ ਚ ਕਿੱਕ ਦੋ ਦੋ ਕਮਰੇ ਜਿੱਥੇ ਆਲਰੇਡੀ ਬੱਚੇ ਰਹਿ ਰਹੇ ਤੇ ਮੇਰੇ ਵਾਸਤੇ ਸਭ ਤੋਂ ਵੱਡਾ ਚੈਲੰਜ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਸੀਂ ਦਲਿਤ ਪਰਿਵਾਰਾਂ ਦੇ ਲੋਕਾਂ ਕੋਲੇ ਸਾਡੇ ਕੋਲੇ ਬਹੁਤੀਆਂ ਪ੍ਰਾਪਰਟੀ ਨਹੀਂ ਹੁੰਦੀਆਂ ਬਈ ਆ ਕੋਠੀ ਬਣਾ ਕੇ ਛੱਡਤੀ ਉਹ ਕੋਠੀ ਬਣਾ ਕੇ ਛੱਡਤੀ ਕਿਉਂਕਿ ਅਸੀਂ ਹੱਕਾ ਲਾਲ ਦੀ ਕਮਾਈ ਕਰਨ ਵਾਲੇ ਲੋਕ ਜਦੋਂ ਮੈਂ ਇੱਥੇ ਆਈ ਮੈਨੂੰ ਲੱਗਿਆ ਬਈ ਹੁਣ ਮੈਂ ਰਹਿਣਾ ਕਿੱਥੇ ਆ ਫਿਰ ਕੋਠੀਆਂ ਲੱਭਣ ਲੱਗੇ ਕੋਠੀ ਇੱਕ ਪਹਿਲਾਂ ਲੱਭੀ ਅਸੀਂ ਕੋਠੀ ਹੈਰਾਨੀ ਵਾਲੀ ਗੱਲ ਸਾਨੂੰ ਤੁਸੀਂ ਕਹੋਗੇ ਵੀ ਐਮਐਲਏ ਦੀ ਲੈਕ ਟੈਕ ਟਲਰਸੀ ਤੁਹਾਨੂੰ ਇਹਨਾਂ ਨਹੀਂ ਪਤਾ ਜਿਸ ਦਿਨ ਅਸੀਂ ਕੋਠੀ ਸਮਾਨ ਰੱਖ ਲਿਆ ਸਾਨੂੰ ਉਦੋਂ ਪਤਾ ਲੱਗਿਆ ਵੀ ਇਹਨਾਂ ਨੇ ਅਜੇ ਬਾਥਰੂਮ ਹੀ ਨਹੀਂ ਤਿਆਰ ਕੀਤਾ ਹੂੰ ਰਾਤ ਨੂੰ ਅਸੀਂ ਸੌ ਰਹੇ ਸੀ ਉਸ ਮਾਲਕ ਦਾ ਵੀ ਨੰਬਰ ਦੇ ਦਿੱਤੀ ਉਹਦਾ ਵੀ ਕੋਈ ਰੈਂਟ ਐਗਰੀਮੈਂਟ ਨਹੀਂ ਬਣਵਾਇਆ ਸੀ ਅਸੀਂ ਉਹਨੇ ਵੀ ਫੇਚ ਦੇ ਦਿੱਤਾ ਅਸੀਂ ਰਾਤ ਨੂੰ ਸੁੱਤੇ ਪਏ ਜਦੋਂ ਸੌ ਕੇ ਥੋੜੀ ਦੇਰ ਬਾਅਦ ਮੇਰੇ ਬੱਚੇ ਛੋਟੇ ਛੋਟੇ ਸੀ ਉਸ ਟਾਈਮ ਤੀਸਰੀ ਤੇ ਪੰਜਵੀਂ ਵਿੱਚ ਪੜ੍ਹਦੇ ਸੀ ਜਦੋਂ ਅਸੀਂ ਸੌਂ ਕੇ ਉੱਠੇ ਤੇ ਸਾਡੇ ਬੈੱਡ ਸਾਡੇ ਸਾਰੇ ਕੱਪੜੇ ਪਾਉਣ ਵਾਲੇ ਪਾਣੀ ਨਾਲ ਭਰ ਗਏ। ਮੇਰੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀ। ਹੁਣ ਮੈਂ ਆਪਣੇ ਚਾਚੇ ਮਾਮੇ ਤਾਂ ਚਾਚੇ ਤਾਇਿਆਂ ਦੇ ਤਾਂ ਘਰ ਜਾ ਨਹੀਂ ਸਕਦੀ ਕਿਉਂਕਿ ਕੰਮ ਨਹੀਂ ਹੁੰਨੇ ਐ। ਇਲੈਕਸ਼ਨ ਦੀ ਕੈਂਪੇਨ ਸੀ। ਫਿਰ ਮੈਂ ਧੰਨਵਾਦ ਕਰਦੀਆਂ ਮੇਰੇ ਮੰਨੇ ਵੀਰ ਦਾ। ਜਿਹੜਾ ਮੇਰੇ ਕੋਲੇ ਆਇਆ। ਉਹਨੇ ਕਿਹਾ ਭੈਣ ਜੀ ਮੇਰੀ ਕੋਠੀ ਪਈ ਐ ਤੁਸੀਂ ਮੇਰੀ ਕੋਠੀ ਚਾਓ। ਮੈਨੂੰ ਹਰਾ ਬੈ ਇਨਾ ਧੰਨਵਾਦ ਕਰਦੀ ਹਾਂ ਦਾ ਤੈ ਦਿਲੋਂ ਤੁਹਾਡੀ ਕੋਠੀ ਦੀ ਗੱਲ ਕਰਕੇ ਬਈ ਉਹਨੇ ਮੈਨੂੰ ਜਿਹੜਾ ਉੱਥੇ ਫਿਲਟਰ ਲੱਗਦਾ ਪਾਣੀ ਵਾਲਾ ਕਹਿੰਦਾ ਭੈਣ ਜੀ ਮੈਂ ਲਗਾ ਦਿੰਦਾ ਕੋਈ ਨਹੀਂ ਤੁਸੀਂ ਇੱਥੇ ਰਹੋ ਤੁਸੀਂ ਆਪਣੀ ਇਲੈਕਸ਼ਨ ਉਹਨਾਂ ਦੇ ਸਾਥ ਦੇ ਨਾਲ ਸਾਰਿਆਂ ਨਾਲ ਰਾਇਲ ਵਿਲਾ ਕਲੋਨੀ ਚ ਪੁੱਛ ਕੇ ਦੇਖ ਲਿਓ ਚੱਕ ਮੈਂ ਇਲੈਕਸ਼ਨ ਜਿੱਤੀ ਜਿੱਤਣ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਜਦੋਂ ਮੇਰੇ ਕੋਲੇ ਲੋਕ ਇੱਥੇ ਹੁੰਦੇ ਮੇਰੇ ਬਜ਼ੁਰਗ ਮੇਰੇ ਕੋਲ ਗਰੀਬਾਂ ਨੇ ਆਉਣਾ ਹੁੰਦਾ ਤੇ ਮੇਰੇ ਉਹ ਤਾਂ ਮੈਨੂੰ ਕਹਿੰਦੇ ਸੀ ਭੈਣ ਜੀ ਇੱਥੇ ਹੀ ਰਹਿ ਲਓ ਕੋਈ ਚੱਕਰ ਨਹੀਂ ਤੁਸੀਂ ਰਹੋ ਇੱਥੇ ਉਹਦਾ ਰੈਂਟ ਮੈਂ ਜਿੱਦਾਂ ਉਹਨਾਂ ਨੇ ਮੰਗੇ ਮੈਂ ਦੇ ਰਹੀ ਸੀ ਹੂੰ ਮੇਰੀ ਤੇ ਉਹਨਾਂ ਦੀ ਐਗਰੀਮੈਂਟ ਸੀ ਉਦੋਂ ਵੀ ਅਸੀਂ ਕੋਈ ਰੈਂਟ ਰਿਟਰਨ ਨਹੀਂ ਕੀਤਾ ਪੁੱਛ ਲਿਓ ਜਾ ਕੇ ਉਹਨਾਂ ਤੋਂ ਕੋਈ ਰਿਟਰਨ ਐਗਰੀਮੈਂਟ ਨਹੀਂ ਹੋਇਆ ਜੋ ਉਹਨਾਂ ਨੇ ਰੈਂਟ ਸੀ ਉਹ ਅਸੀਂ ਪੇ ਕੀਤਾ ਜੋ ਸਾਡੀ ਮਿਊਚੁਅਲ ਅੰਡਰਸਟੈਂਡਿੰਗ ਹੋਈ ਉਸ ਵੰਦ ਮੇਰੇ ਕੋਲ ਇੱਕ ਦੁਪਹਿਰ ਨੂੰ ਬਜ਼ੁਰਗ ਲੇਡੀ ਆਈ ਜਿਹੜੀ ਮੈਨੂੰ ਕਹਿੰਦੀ ਵੀ ਪੁੱਤ ਮੈਂ ਮੈਂ ਨਾ ਬੱਸ ਸਟੈਂਡ ਤੋਂ ਤੁਰ ਕੇ ਆਈਆਂ ਕਿਉਂਕਿ ਤੇਰੇ ਘਰ ਤੱਕ ਕੋਈ ਆਟੋ-ਟੋ ਨਹੀਂ ਆਉਂਦਾ ਵਾਕਿਆ ਨਹੀਂ ਸੀ ਆਉਂਦਾ ਸਾਡੇ ਘਰ ਵਾਲਾ ਮੈਨੂੰ ਪਿੰਚ ਹੋਈਏ ਗੱਲ ਬਈ ਲੋਕਾਂ ਦੀ ਸੇਵਾ ਲਈ ਮੈਂ ਬਣੀ ਐ ਤੇ ਜੇ ਮੈਂ ਇੱਥੇ ਹੀ ਪਈ ਬਈ ਰਹਿਣਾ ਤੇ ਮੈਨੂੰ ਲੋਕਾਂ ਦਾ ਕੋਈ ਫਾਇਦਾ ਨਹੀਂ ਮੈਂ ਲੋਕਾਂ ਤਾਂ ਮੈਨੂੰ ਇਸ ਕਰਕੇ ਜਿਤਾਇਆ ਮੈਂ ਉਹਨਾਂ ਦੇ ਵਿੱਚ ਰਵਾਂ ਅਸੀਂ ਕੋਠੀ ਸਰਚ ਕਰਨੀ ਸ਼ੁਰੂ ਕੀਤੀ ਫਿਰ ਮੈਂ ਧੰਨਵਾਦ ਕਰਦੀ ਆ ਮੈਂ ਜੀਤ ਪ੍ਰਾਪਰਟੀ ਐਥੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਹਿੰਦੇ ਭਾਜੀ ਤੁਸੀਂ ਕੋਠੀ ਚ ਰਹਿ ਰਹੇ ਹੋ ਕੋਠੀ ਚਾਹੀਦੀ ਐ ਮੈਂ ਕਿਹਾ ਹਾਂ ਜੀ ਕਹਿੰਦੇ ਸਾਡੇ ਆਜੋ ਗੋਲਡਨ ਬਾਗ ਚ ਹੂੰ ਮੈਂ ਮਾਲਕ ਨਾਲ ਗੱਲ ਕਰ ਲਿਆ ਅਸੀਂ ਮਾਲਕ ਨਾਲ ਗੱਲ ਕੀਤੀ ਸਾਡਾ ਜਿੰਨਾ ਵੀ ਆਪਸੀ ਕਰਾਇਆ ਬਿਜਲੀ ਦਾ ਬਿੱਲ ਜਿਹੜਾ ਜਿਹੜਾ ਸਾਡਾ ਫਿਕਸ ਹੋਇਆ ਅਸੀਂ ਉਹ ਪੂਰੇ 1 ਸਾਲ ਦਾ ਐਗਰੀਮੈਂਟ ਸੀ ਉਹਨਾਂ ਦਾ 11 ਮਹੀਨੇ ਦਾ ਤੇ ਮੈਂ 6 ਸਾਲ ਰਹੀ ਉੱਥੇ ਸਾਡੀ ਆਪਸੀ ਪਰਿਵਾਰਕ ਟਿਊਨਿਕ ਹੋ ਗਈ ਉਹਨਾਂ ਨੇ ਆਪਣਾ ਇੱਕ ਕਮਰਾ ਜੋ ਰੱਖਿਆ ਸੀ ਜੋ ਆਪਣਾ ਸਮਾਨ ਰੱਖਣਾ ਸੀ ਰੱਖ ਲਿਆ ਤੁਹਾਨੂੰ ਲੱਗਦਾ ਇਹ ਗਲਤੀ ਹੋ ਗਈ ਤੁਹਾਡੇ ਤੋਂ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਹੀ ਆ ਉੱਚ 6 ਸਾਲ ਰਹੀ ਜਦੋਂ ਉਹਨਾਂ ਨੇ ਕਿਹਾ ਭੈਣ ਜੀ ਵੀ ਆਪਾਂ ਥੋੜੀ ਦੇਰ ਕੋਠੀ ਦੀ ਰਿਪੇਅਰ ਵਗੈਰਾ ਕਰਾਨੀ ਗੇ ਮੈਨੂੰ ਵੀ ਲੱਗਿਆ ਕਿਉਂਕਿ ਸਾਡੇ ਜਗਰਾਉਂ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਸਯੋਗ ਬਹੁਤ ਹੈ ਉਹਨਾਂ ਦੀ ਅਲਮਾਰੀਆਂ ਵਗੈਰਾ ਖਰਾਬ ਹੋ ਰਹੀਆਂ ਸੀ ਮੈਨੂੰ ਲੱਗਿਆ ਵੀ ਪੈਸਟਿਸਾਈਡ ਦਾ ਸਪਰੇਅ ਵਗੈਰਾ ਕਰਨਗੇ ਤੇ ਮੈਂ ਆਪਣੇ ਬੱਚਿਆਂ ਨੂੰ ਕਾਨੂੰ ਖਰਾਬ ਕਰਨਾ ਤੇ ਮੈਂ ਕਿਸੇ ਕੋਠੀ ਸ਼ਿਫਟ ਕਰ ਚੰਨੀ ਜਿਵੇਂ ਮੈਨੂੰ ਪਹਿਲਾਂ ਓਨਰ ਮਿਲ ਗਿਆ ਉਸੇ ਤਰ੍ਹਾਂ ਇਹ ਵੀ ਓਨਰ ਮਿਲ ਗਿਆ ਤੇ ਮੈਂ ਆਪਣੀ ਕੋਠੀ ਸ਼ਿਫਟ ਕਰ ਗਈ ਜੇ ਮੈਂ ਪਹਿਲੀਆਂ 2 3 ਕੋਠੀਆਂ ਛੱਡ ਸਕਦੀਆਂ ਤਾਂ ਮੈਂ ਇਹ ਕਿਉਂ ਨਾ ਛੱਡਦੀ ਜੇ ਮੈਂ ਇਹਨੂੰ ਦੱਬਣਾ ਹੀ ਸੀ ਜੇ ਮੈਂ ਇਹਨੂੰ ਦੱਬਣਾ ਹੀ ਹੁੰਦਾ ਤਾਂ ਮੈਂ ਹੁਣ ਕਿਉਂ ਛੱਡੀ ਸਭ ਤੋਂ ਵੱਡੀ ਗੱਲ ਇੱਕ ਗੱਲ ਦੱਸ ਦਿਆਂ ਸ਼ਰਨ ਮੱਕੜ ਸਾਹ ਤੋਂ ਸਮੱਸਿਆ ਇਹ ਨਹੀਂ ਹੈ ਕਿ ਮਾਨੂੰ ਕਿਨੇ ਕੋਠੀ ਦੱਬੀ ਸਮੱਸਿਆ ਇਹ ਹੈ ਕਿ 달ਿਤ ਪਰਿਵਾਰਾਂ ਚੋਂ ਉੱਠ ਕੇ ਇਹ ਕਿਉਂ ਲੱਗਦਾ ਤੁਸੀਂ ਵਾਰ-ਵਾਰ ਇਹ ਗੱਲ ਦਾ ਜ਼ਿਕਰ ਕਰ ਰਹੇ ਹੋ ਕਿ ਤੁਸੀਂ 달ਿਤ ਪਰਿਵਾਰਾਂ ਤੋਂ ਤੁਹਾਡੇ ਪਰਿਵਾਰਾਂ ਦੇ ਵਿੱਚ ਕੋਠੀਆਂ ਨਹੀਂ ਹੁੰਦੀਆਂ ਐ ਕਿਉਂ ਮਹਿਸੂਸ ਕਰਦੇ ਹੋ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਮੈਂ ਹੁਣ ਕਹਿ ਰਹੀ ਹਾਂ ਮੈਂ ਬਹੁਤ ਘੱਟ ਬੋਲਦੀ ਹਾਂ ਇਹ ਗੱਲ ਪਰ ਜਿਹੜੀਆਂ ਇਹਨਾਂ ਨੇ ਹਰਕਤਾਂ ਕੀਤੀਆਂ ਹੁੰਦੀਆਂ ਉਤੋਂ ਕਲੀਅਰ ਸਾਫ਼ ਹੋ ਰਿਹਾ ਹੋਰ ਬਹੁਤ ਸਾਰੇ 달ਿਤ ਐਮਐਲਏ ਬਣੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਮੈਂ ਮੈਨੂੰ ਫੀਲ ਹੋ ਰਿਹਾ ਇਸ ਗੱਲ ਦਾ ਵੀ ਜੇ ਇੱਕ ਗੱਲ ਦੱਸੋ ਖੈਰਾ ਸਾਹਿਬ ਕਾਂਗਰਸ ਦਾ ਤਾਂ ਮੁੱਖ ਮੰਤਰੀ ਦਲਿਤ ਸੀ ਚੰਨੀ ਸਾਹਿਬ ਜੇ ਉਹ ਇਸ ਤਰ੍ਹਾਂ ਕਰਨਾ ਹੋਵੇ ਤਾਂ ਫਿਰ ਉਹਨਾਂ ਦੇ ਤਾਂ ਆਪਣੇ ਪਰਿਵਾਰ 'ਚ ਦਲਿਤ ਪਹਿਲਾਂ ਪ੍ਰਾਇੋਰਟੀ ਦਿੱਤੀ ਗਈ ਮੈਂ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਆ ਜਿਹੜੀ ਗੱਲ ਮੈਨੂੰ ਲੱਗਦੀ ਆ ਪਿਛਲੇ ਕੁਝ ਸਮੇਂ ਤੋਂ ਜੈਸਾ ਹਮਨਾ ਅਟੈਕ ਕਰ ਰਹੇ ਆ ਵੀ ਇਹ ਗੱਡੀ ਕਿਉਂ ਲੈ ਗਿਆ ਇਹ ਮੋਬਾਈਲ ਆਣਾ ਮੇਰੇ ਮੂਰੇ ਬੈ ਗਿਆ ਮੈਨੂੰ ਸ਼ਰਮ ਆ ਗਈ ਇਹ ਇਹਨੇ ਕੋਠੀ ਕਬਜ਼ਾ ਕਰ ਲਿਆ ਮੈਨੂੰ ਇੱਕ ਗੱਲ ਦੱਸੋ ਚਲ ਮੈਂ ਮੰਨ ਕੇ ਚੱਲਦੀ ਆ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਆ ਮੈਂ ਮੰਨ ਕੇ ਚੱਲਦੀ ਆ ਬਈ ਕਬਜ਼ਾ ਹੀ ਕਰਨਾ ਮੇਰੀ ਨੀਅਤ ਬਣ ਗਈ ਠੀਕ ਹੈ ਖੈਰਾ ਸਾਹਿਬ ਲੀਡਰ ਆਫ اپੋਜੀਸ਼ਨ ਰਹੇ ਆ ਤੇ ਮੈਂ ਡਿਪਟੀ ਰਹਿੰਦੀ ਹੂੰ ਠੀਕ ਹੈ ਆ ਸਾਡਾ 1.5 ਸਾਲ ਅਸੀਂ ਇੱਕ ਦੂਜੇ ਨਾਲ ਦਿਨ ਚ ਦੋ ਦੋ ਵਾਰੀ ਗੱਲ ਕੀਤੀ ਹੈ ਬਈ ਹੁਣ ਆਪਣੀ ਅਗਲੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਆ ਨੰਬਰ ਉਹਨਾਂ ਕੋਲੇ ਵੀ ਮੇਰਾ ਹੈਗਾ ਜੇ ਉਹ ਮੈਂ ਤਾਂ ਪੁੱਛਣਾ ਚਾਹੁੰਦੇ ਤੇ ਮੈਂ ਕੁਝ ਫੇਰ ਕਹਿੰਦੀ ਤਾਂ ਗੱਲ ਕੁਝ ਹੋਰ ਪਰ ਇਹ ਹੈ ਵੀ ਉਹਨਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ ਢਾਉਣ ਦਾ ਮੌਕਾ ਮਿਲ ਗਿਆ ਢਾ ਲੋ ਮੈਨੂੰ ਇਹ ਦੱਸੋ ਮੱਕੜ ਸਾਹਿਬ ਇਹਨਾਂ ਦੱਸੋ ਨਾ ਤਾਂ ਬਾਜਵਾ ਸਾਹਿਬ ਨੰਬਰ ਭੁੱਲੇ ਨਾ ਖਹਿਰਾ ਸਾਹਿਬ ਨੰਬਰ ਭੁੱਲੇ ਹੂੰ ਠੀਕ ਹੈ ਨਾ ਮੈਨੂੰ ਮੈਂ ਉਹਨਾਂ ਪੱਤਰਕਾਰਾਂ ਨੂੰ ਗੱਲ ਕਰਦੀਆਂ ਜਿਨ੍ਹਾਂ ਕੋਲੇ ਸਭ ਕੋਲੇ ਨੰਬਰ ਐਮਐਲਏ ਚੱਕਣਾ ਹੁੰਦਾ ਦੂਜੀ ਵਾਰ ਦੀ ਐਮਐਲਏ ਨੰਬਰ ਤਾਂ ਹੈਗਾ ਐਟ ਲੀਸਟ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਹਾਡੀ ਪੱਤਰਕਾਰੀ ਦੀ ABC ਕੀ ਕਹਿੰਦੀ ਹੈ ਬਈ ਜੇ ਇੱਕ ਪਾਸੇ ਤੁਸੀਂ ਕਿਸੇ ਦੀ ਗੱਲ ਸੁਣਦੇ ਆਂ ਦੂਜੇ ਦਾ ਵਰਜ਼ਨ ਵੀ ਲੈ ਲਓ ਅਸੀਂ ਤਾਂ ਤੁਹਾਡਾ ਵਰਜ਼ਨ ਲੈਣ ਆਏ ਆਂ ਠੀਕ ਹੈ ਤੁਹਾਡੀ ਗੱਲ ਸੁਖਪਾਲ ਸਿੰਘ ਖਹਿਰਾ ਜੀ ਮੋਤਾਪ ਸਿੰਘ ਬਾਜਵਾ ਦੀ ਨਹੀਂ ਹੈ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਕਰ ਰਹੀ ਆਂ ਅਮਰਜੀਤ ਕੌਰ ਨੂੰ ਇਨਸਾਫ ਦਿਵਾਉਣ ਦੀ ਆ ਮੈਂ ਜਿਹੜੀ ਗੱਲ ਕਰ ਰਹੀ ਆਂ ਤੁਹਾਡੀ ਇਹੀ ਕਹਿੰਦੀ ਆ ਨਾ ਵੀ ਦੂਜੇ ਦੀ ਵੀ ਗੱਲ ਸੁਣ ਲਓ ਹੂੰ ਮੈਂ ਬਹੁਤ ਧੰਨਵਾਦ ਕਰਦੀ ਆਂ 70 ਤੋਂ 80% ਪੱਤਰਕਾਰਾਂ ਨੇ ਮੇਰੀ ਮੇਰਾ ਵਰਜ਼ਨ ਲਿਆ ਤੇ ਚਲਾਇਆ ਤੇ ਉਹਨਾਂ ਨੂੰ ਉਹਨਾਂ ਦਾ ਰਾਈਟ ਸੀ ਹੂੰ ਕੰਮ ਤਾਂ ਆਪਾ ਕਰਨੀ ਹੈ ਇੱਥੇ ਕੋਈ ਖਾਸ ਵੱਡੀ ਗੱਲ ਨਹੀਂ ਠੀਕ ਹੈ ਉਹਨਾਂ ਨੇ ਦੋਨੇ ਜਦੋਂ ਮੈਂ ਪਹਿਲੇ ਦਿਨ ਕਹਿਤਾ ਸੀ ਪਹਿਲੇ ਦਿਨ ਇਹ ਲੇਡੀ ਗਈ ਇਹਨੇ ਬਿਆਨਵਾਜੀ ਕੀਤੀ ਮੈਂ ਨਾਲ ਦੀ ਨਾਲ ਆਪ ਦਾ ਪ੍ਰੈਸ ਨੋਟ ਜਾਰੀ ਕੀਤਾ ਆਪਣੀ ਵੀਡੀਓ ਜਾਰੀ ਕੀਤੀ ਵੀ ਮੈਂ ਕੋਠੀ ਕਿਰਾਏ ਤੇ ਲਈ ਹੈ ਮੈਂ ਕੋਠੀ ਦੇ ਵਿੱਚ ਮੇਰੇ ਕੋਈ ਦੱਬਣ ਦੀ ਮਨਚਾ ਨਹੀਂ ਹੈ ਮੈਂ ਜਦੋਂ ਕੋਠੀ ਮੈਨੂੰ ਦੂਜੀ ਲੱਭੇਗੀ ਮੈਂ ਇਮੀਡੀਏਟ ਕੋਠੀ ਛੱਡ ਦਾਂਗੀ ਮੈਂ ਤੁਸੀ ਇੱਕ ਗੱਲ ਦਾ ਜਵਾਬ ਦੋ ਇੱਕ ਕੋਠੀ ਸ਼ਿਫਟ ਕਰਨਾ ਤੇ ਸ਼ਿਫਟ ਤੋਂ ਬਾਅਦ ਲੱਭ ਕੇ ਰੀ ਸ਼ਿਫਟ ਕਰਨਾ ਇੱਕ ਮਹੀਨੇ ਦਾ ਪ੍ਰੋਸੈਸ ਤਾਂ ਹੋਏਗਾ ਕਿ ਨਹੀਂ ਹੋਏਗਾ ਹੋਏਗਾ ਕਿਉਂਕਿ ਇਹ ਤਾਂ ਕਾਮਨ ਗੱਲਾਂ ਮੈਂ ਜਦੋਂ ਮੈਂ ਉੱਥੇ ਬਿਆਨ ਦੇ ਦਿੱਤਾ ਸੀ ਤਾਂ ਫਿਰ ਮੈਨੂੰ ਪੁੱਛਿਆ ਜਾਂਦਾ ਸੀ ਨਾ ਵੀ ਇਹਦਾ ਰੀਅਲ ਮੈਟਰ ਦੱਸੋ ਜੇ ਮੈਂ ਝੂਠ ਬੋਲਦੀ ਮੇਰੀ ਰਿਕਾਰਡਿੰਗ ਕਰ ਲੈਂਦੇ ਭਾਈ ਜੀ ਤੁਸੀਂ ਝੂਠ ਬੋਲਦੇ ਆ ਨਹੀਂ ਜੇ ਉਹਨਾਂ ਨੂੰ ਕਿਤੇ ਲੱਗਦਾ ਵੀ ਇਹ ਤਾਂ ਝੂਠ ਬੋਲਦੂਗੀ ਪੱਤਰਕਾਰ ਨਾਲ ਲੈ ਆਉਂਦੇ ਭਈ ਭਾਈ ਅਸੀਂ ਤੇਰਾ ਵਰਜਨ ਲੈਣ ਆਏ ਆ ਦੱਸ ਦਿਖਾ ਪੇਪਰ ਕਿਹੜੇ ਆ ਤੇਰੇ ਕੋਲੇ ਨਹੀਂ ਕਿਉਂਕਿ ਕਾਂਗਰਸ ਕੋਲੇ ਭਗਵੰਤ ਮਾਨ ਨੂੰ ਕੱਟਣ ਦਾ ਹੋਰ ਕੋਈ ਸਾਧਨ ਨਹੀਂ ਹੈ ਕਾਂਗਰਸ ਇਸ ਟਾਈਮ ਇੱਕ ਪਾਸੇ ਤਾਂ ਮਾਨਸਬ ਸੈਸ਼ਨ ਬੁਲਾ ਰਹੀ ਹੈ ਭਈ ਆਰਡੀਐਫ ਦੀ ਪੇਮੈਂਟ ਨਹੀਂ ਆ ਰਹੀ ਲੜੀਏ ਜਾ ਤੁਸੀਂ ਜਿਹੜਾ ਰਾਜਪਾਲ ਸਾਡ ਗਿਆ ਰਾਜਾ ਨਾ ਕਰ ਰਿਹਾ ਉਹਦੇ ਲਈ ਲੜੀਏ ਮੈਨੂੰ ਇਹ ਦੱਸੋ ਅਮਰਜੀਤ ਕੌਰ ਜੇ ਸੱਚੀ ਹੈ ਤਾਂ ਉਹਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਲੜਾਈ ਤਾਂ ਬਸ ਇਸ ਗੱਲ ਦੀ ਹੈ ਮੈਂ ਕਾਂਗਰਸ ਵਰਸਸ ਮਾਣੂਕੇ ਕਾਂਗਰਸ ਵਰਸਸ ਆਪ ਦੀ ਲੜਾਈ ਕਿਉਂ ਬਣਾਈ ਜਾ ਰਹੀ ਹੈ ਸੁਖਪਾਲ ਸਿੰਘ ਖਹਿਰਾ ਜਾਂ ਪ੍ਰਤਾਪ ਸਿੰਘ ਬਾਜਵਾ ਵਰਸਸ ਮਾਣੂਕੇ ਕਿਉਂ ਹੋ ਰਿਹਾ ਅਸੀਂ ਸਿਰਫ ਬਤੌਰ ਮੀਡੀਆ ਇਹ ਗੱਲ ਕਹਿ ਰਹੇ ਹਾਂ ਤੁਸੀਂ ਐਮਐਲਏ ਉਹ ਜੇ ਕਰਮ ਸਿੰਘ ਗਲਤ ਹੈ ਤਾਂ ਕਰਮ ਸਿੰਘ ਸਜ਼ਾ ਹੋਵੇ ਜਾਂ ਜੋ ਬਣਦੀ ਕਾਰਵਾਈ ਜੋ ਜੋ ਕਾਨੂੰਨ ਕਹਿੰਦਾ ਹੈ ਜੇ ਅਮਰਜੀਤ ਕੌਰ ਦੀ ਉਹ ਕੋਠੀ ਹੈ ਤਾਂ ਉਸ ਕੋਠੀ ਚੋਂ ਵਾਪਸ ਬੈਠੇ ਮੈਨੂੰ ਇੱਕ ਗੱਲ ਮੀਡੀਆ ਤਾਂ ਇਹ ਗੱਲ ਕਹਿ ਰਿਹਾ ਮੱਕੜ ਸਾਹਿਬ ਇੱਕ ਗੱਲ ਦੱਸੋ ਮੈਨੂੰ ਮੇਰਾ ਪਹਿਲਾ ਰੂਲ ਕੀ ਸੀ ਵੀ ਅਸਸਪੀ ਨੂੰ ਕੰਪਲੇਂਟ ਦੇਣੀ ਹੂੰ ਉਹ ਦੇਤੀ ਠੀਕ ਹੈ ਮੈਨੂੰ ਇੱਕ ਗੱਲ ਦੱਸੋ ਮੈਂ ਚਾਚਾ ਮੈਂ ਰੈਵਨਿਊ ਵਿਭਾਗ ਦੀ ਡਿਪਾਰਟਮੈਂਟ ਦੀ ਐ ਮੈਂ ਤਾਂ ਕੰਮ ਪਾਸ ਕਰਾ ਸਕਦੀ ਹਾਂ ਹੂੰ ਅੱਜ ਤੱਕ ਟਿਲ ਡੇਟ ਮੈਂ ਐਪਲੀਕੇਸ਼ਨ ਦੇਣ ਤੋਂ ਬਾਅਦ ਕਿਸੇ ਵੀ ਅਫੀਸਰ ਨੂੰ ਇਹ ਗੱਲ ਜ਼ਰੂਰ ਕਹੀਏ ਵੀ ਜਿਹੜਾ ਦੋਸ਼ੀ ਹੈ ਮੈਨੂੰ ਦੱਸੋ ਕਿਉਂਕਿ ਧੋਖਾ ਤਾਂ ਮੇਰੇ ਨਾਲ ਵੀ ਹੋਇਆ ਪਰ ਥੋੜੇ ਤੇ ਤਾਂ ਦੋਸ਼ ਕਰਮ ਸਿੰਘ ਦਾ ਹੈ ਨਾ ਕਿ ਕਰਮ ਸਿੰਘ ਥੋੜਾ ਬੰਦਾ ਹੈ ਗੱਲ ਇੱਥੇ ਆ ਕੇ ਮੁੱਕ ਜਾਂਦੀ ਹੈ ਤੁਸੀਂ ਇਸ ਗੱਲ ਨੂੰ ਪ੍ਰੂਫ ਕਰੋ ਵੀ ਉਹ ਤੁਹਾਡਾ ਬੰਦਾ ਤੁਸੀਂ ਉਹਦੇ ਉਹਦੇ ਹੱਕ 'ਚ ਨਹੀਂ ਖੜੇ ਤੁਸੀਂ ਸੱਚ ਦੇ ਨਾਲ ਖੜੇ ਹੋ ਜਿਹੜਾ ਸਹੀ ਹੋਊਗਾ ਤੁਸੀਂ ਉਹਦੇ ਨਾਲ ਖੜੇ ਮੈਨੂੰ ਇੱਕ ਗੱਲ ਤਾਂ ਦੱਸੋ ਜੇ ਮੈਂ ਐਪਲੀਕੇਸ਼ਨ ਤੁਸੀਂ ਐਸਐਸਪੀ ਸਾਹਿਬ ਦੀ ਘਟਾਕੇ ਲਿਆਓ ਉਹਦੇ 'ਚ ਮੈਂ ਦੋ ਜਾਨੇ ਲਿਖਿਆ ਦੋ ਮਾਲਕਾਂ ਦੀ ਗੱਲ ਕੀਤੀ ਹੈ ਹੂੰ ਜੇ ਕਰਮ ਸਿੰਘ ਮੇਰਾ ਬੰਦਾ ਉਹਨਾਂ ਮੈਂ ਕਿਉਂ ਕਰਕੇ ਆਉਂਦੀ ਮੇਰੇ ਨਾਲ ਵੀ ਤਾਂ ਧੋਖਾ ਹੋਇਆ ਮੇਰਾ ਵੀ ਤਾਂ ਪੋਲੀਟੀਕਲ ਕੈਰੀਅਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਹਨੇ ਕੀਤੀ ਹੈ ਉਹ ਤਾਂ ਡਿਪਾਰਟਮੈਂਟ ਦੱਸਣਗੇ ਮੈਂ ਕਿਉਂ ਜੇ ਮੈਂ ਅੱਜ ਕਹਨੀ ਆ ਬਈ ਚਾਬੀ ਇਧਰ ਆ ਬੀਬੀ ਅਮਰਜੀਤ ਚਾਬੀ ਫੜ ਕਰਮ ਸਿੰਘ ਮੈਨੂੰ ਕਹੂਗਾ ਬੀਬੀ ਚਾਬੀ ਤਾਂ ਤੈਨੂੰ ਮੈਂ ਫੜਾਈ ਸੀ ਹੂੰ ਮੇਰੇ ਐਜ਼ ਅ ਟੈਨੈਂਟ ਹੋਣ ਦੇ ਨਾਤੇ ਕਰਮ ਸਿੰਘ ਦੇ ਰਾਈਟ ਆ ਜਿਹੜੇ ਮੈਨੂੰ ਫੋਲੋ ਕਰਨੇ ਪੈਣੇ ਆ ਹੂੰ ਕਰਮ ਸਿੰਘ ਦੇ ਰਾਈਟ ਆ ਜਿਹੜੇ ਮੈਨੂੰ ਫੋਲੋ ਕਰਨੇ ਪੈਣੇ ਆ ਮੇਰੇ ਨਾਲ ਕਿੱਡਾ ਧੋਖਾ ਹੋ ਗਿਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਠੀਕ ਆ ਮੈਂ ਐਮ ਐਲ ਏ ਆ ਕੋਟੀ ਦੱਬਲੀ ਕੋਟੀ ਦੱਬਲੀ ਸ਼ਰਮ ਨਾ ਮੈਂ ਕਹਿੰਦੀ ਆ ਲਾੜਤ ਨਾਲ ਮਰ ਜਾਣਾ ਲੋਕ ਜਿਹੜੀਆਂ ਆਫਗਾਨ ਲੜਾਂ ਨੇ ਜੋੱਕਾ ਤੱਕ ਲੜਦੇ ਆ ਮੈਂ ਦੱਸਣਾ ਨਹੀਂ ਚਾਹਦੀ ਤੁਹਾਨੂੰ ਇੱਥੋਂ ਚੱਕ ਮੈਨੂੰ ਇਹ ਦੱਸੋ ਜਿੱਥੇ ਮੇਰਾ ਬੱਚਾ ਪੜਦਾ ਮੈਂ ਨਾਮ ਨਹੀਂ ਲੈਣਾ ਚਾਹਦੀ ਉਹਦੀ ਸਾਈਟ ਤੇ ਜੀਨੇ ਫੋਟੋ ਪਾਈ ਆ ਉਹਨੂੰ ਇਨਸਾਫ ਚਾਹੀਦਾ ਉਥੋਂ ਇਨਸਾਫ ਮਿਲੂ ਤੁਹਾਡੇ ਬੱਚਿਆਂ ਦੀਆਂ ਫੋਟੋਆਂ ਪਾਈਆਂ ਜਾ ਰਹੀਆਂ ਮੇਰੇ ਬੱਚੇ ਦੀ ਫੋਟੋ ਤੇ ਮੇਰੀ ਫੋਟੋ ਉੱਤੇ ਕਬਜ਼ਾ ਬੱਚਾ ਕਿੱਡਾ ਮੇਰਾ 20 ਸਾਲ ਦਾ ਤਾਨੂੰ ਇਹ ਲੱਗਦਾ ਹੈ ਕਿ ਪੋਲੀਟিক্যাল ਕਾਂਸਪੀਰੇਸੀ ਹੋਈ ਹੈ ਤੁਹਾਡੇ ਨਾਲ ਹੋਰ ਇਤਨੀ ਵੱਡੀ ਮੈਨੂੰ ਇਹ ਗੱਲ ਦੱਸੋ ਕਾਲਜ ਦਾ ਸਟੂਡੈਂਟ ਹੋਵੇ ਕਾਲਜ ਦੇ ਵਿੱਚ ਪੋਸਟ ਪੈ ਜੇ ਤੇ ਉੱਥੋਂ ਇਨਸਾਫ ਮਿਲਦੇ ਆ ਕੌਣ ਕਰ ਰਿਹਾ ਹੈ ਮੇਰੇ ਆਪੋਜੀਸ਼ਨ ਵਾਲੇ ਜਿਹੜੇ ਬੋਲਦੇ ਮੈਨੇਜ ਕਰ ਲੈ ਆਪੋਜੀਸ਼ਨ ਦਾ ਸਵਾਲ ਚੱਕੂਗੀ ਜੇ ਕੋਈ ਗੱਲ ਆਉਗੀ ਤਾਂ ਫਿਰ ਮੇਰੇ ਬੱਚਾ ਤਾਂ ਇਨਸਾਫ ਲੈ ਲੈਣਗੇ ਮੇਰੇ بیٹے ਦਾ ਬੇਟੇ ਦਾ ਇਨਸਾਫ ਮੰਗਣਾ ਉਹਦੇ ਕਾਲਜ ਚ ਜਾ ਕੇ ਮੰਗਣਾ ਤੁਸੀਂ ਇਸ ਗੱਲ ਨੂੰ ਜਾਇਜ਼ ਮੰਨਦੇ ਹੋ ਤੁਸੀਂ ਇਸ ਗੱਲ ਨੂੰ ਜਾਇਜ਼ ਮੰਨਦੇ ਹੋ? ਮਾਨਸਿਕ ਪਰੇਸ਼ਾਨੀ ਹੈ। ਮਾਨਸਿਕ ਪਰੇਸ਼ਾਨੀ ماں ਕਦੇ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਲੇਡੀ ਡੋਲਦੀ ਨਹੀਂ। ਪਰ ਜਦੋਂ ਪਰਿਵਾਰ ਤੇ ਆਪ ਆਵੇ ਨਾ ਬੱਚਿਆਂ ਤੇ ਆਪ ਆਵੇ। ਫਿਰ ਤਾਂ ਅੱਖਾ ਕੱਟ ਲੈਂਦੀ ਹੈ ਜਿਹੜਾ ਬੋਲੂਗਾ। ਕਿਉਂਕਿ ਚਿੜੀ ਦੇ ਆਲ ਨੇ ਨੂੰ ਛਿੜ ਕੇ ਦੇਖ ਲਿਓ। ਚੰਦ ਮਾਰ ਮਾਰ ਕੇ ਮਾਰ ਦੋ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ। ਭਈ ਲੜਾਈ ਲੜਨੀ ਆ ਬੰਦੇ ਦੇ ਪੁੱਤੋਂ ਤਾਂ ਮੈਨਾਂ ਲੜੋ ਨਾ। ਮੈਂ ਅੱਜ ਤੱਕ ਮੇਰਾ ਰਿਕਾਰਡ ਆ ਪਿਛਲੇ 5 ਸਾਲ ਦਾ ਹੁਣ ਤੱਕ ਦਾ ਸਿੱਧੀ ਲੜਾਈ ਲੜਦੀ ਆ ਜਿਹੜੇ ਪਰਸਨ ਦੀ ਗਲਤੀ ਆ ਉਹਨੂੰ ਬੋਲਦੀ ਆ ਵਿਧਾਨ ਸਭਾ ਚ ਬੋਲਦੀ ਆ ਮੇਰੀ ਕਿਸੇ ਨਾ ਜਾਤੀ ਦੁਸ਼ਮਣੀ ਨਹੀਂ ਪਰ ਇਹਨੂੰ ਜਾਤੀ ਕਿਉਂ ਬਣਾਉਂਦੇ ਆ 18 ਤੋਂ 20 ਸਾਲ ਦੇ ਵਿੱਚ ਵਿੱਚ ਮੇਰਾ ਬੱਚਾ ਤੁਸੀਂ ਉਹਦੇ ਪੇਜਿਸ ਤੇ ਫੋਟੋ ਆਪ ਉਹ ਨਹੀਂ ਹੂੰ ਤੇ ਤੁਸੀਂ ਉਹਨੂੰ ਉਤੋਂ ਪਵਾ ਕੇ ਉਹਨੂੰ ਪੋਲੀਟਿਸੀਸਾਈਜ਼ ਕਰਕੇ ਬੱਚਾ ਤੁਸ ਸੁਨੇਹੇ ਨਾ ਉਹ ਨਹੀਂ ਹੂੰ ਤੇ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਇੱਕ ਇਹ ਜੀ ਲੜਾਈ ਆ ਤੁਹਾਡੀ ਲੜੋ ਜੀ ਸਭਕੇ ਲੜੋ ਹੱਕਾ ਮਰਜੀ ਤੂੰ ਮੈਨਣਾ ਚਾਹੀਦਾ ਮੈਂ ਵੀ ਕਹਨੀ ਐ ਪਰ ਮੇਰੇ ਕੋਲ ਰਾਈਟ ਤਾਂ ਦੱਸੋ ਕੀ ਐ ਤੁਸੀਂ ਜਿਹੜਾ ਮੈਨੂੰ ਪੋਲਿਟੀਕਲ ਡੈਂਟ ਪਾ ਕੇ ਧਰਤਾ ਉਹਦਾ ਡੈਮੇਜ ਦੱਸੋ ਕੀ ਐ ਜਦੋਂ ਮੈਂ ਪਹਿਲੇ ਦਿਨ ਤੋਂ ਕਹਿ ਰਹੀ ਸੀ ਵੀ ਭਾਈ ਬੀਬਾ ਮੈਂ ਤਾਂ ਕੋਠੀ ਖਾਲੀ ਕਰ ਦੇਣੀ ਐ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਖਾਲੀ ਕਰ ਦੇਣੀ ਐ ਮੈਂ ਕਰ ਵੀ ਦਿੱਤੀ ਤੇ ਹੁਣ ਆਜੋ ਮੈਂ ਤੁਹਾਡੇ ਨਾਲ ਚੱਲਦੀ ਐ ਅੱਜ ਤੱਕ ਮੈਨੂੰ ਅਕਾਲੀ ਕਾਂਗਰਸੀ ਦੇ ਵਿੱਚ ਸਰਕਾਰ ਦੇ ਵਿੱਚ ਈਵਨ ਬੀਜੇਪੀ ਵੀ ਲਾ ਲੋ ਕਿਸੇ ਐਮਐਲਏ ਤੇ ਉਹਨਾਂ ਦੇ ਤੇ ਇਲਜ਼ਾਮ ਲੱਗੇ ਆ ਤੇ ਉਹਨੇ ਮਾਫੀ ਮੰਗੀ ਹੋਵੇ ਉਹਨੇ ਕੁਛ ਕੀਤਾ ਛੱਡਿਆ ਹੋਵੇ ਤਾਂ ਮੈਨੂੰ ਇੱਕ ਵੀ ਨਾਮ ਦੱਸ ਜੇ ਕੁਛ ਗਲਤ ਨਹੀਂ ਕੀਤਾ ਫਿਰ ਮਾਫੀ ਕਾਦੀ ਮੰਗ ਰਹੇ ਹੋ ਤੁਸੀਂ ਜਿਦੀ ਕਰਕੇ ਮੈਂ ਬਿਲਕੁਲ ਗਲਤ ਨਹੀਂ ਕੀਤਾ ਬਿਲਕੁਲ ਗਲਤ ਨਹੀਂ ਕੀਤਾ ਪਰ ਮੇਰੇ ਜਿਹੜੇ ਵੋਟਰਸ ਆ ਮੇਰੇ ਜਿਹੜੇ سپورਟਰਸ ਆ ਉਹਨਾਂ ਦੇ ਦਿਮਾਗਾ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਹਣ ਸਹਣ ਕਰਨੀ ਪਈ ਮੇਰਾ ਮੈਂ ਕਿਰਾਏ ਤੇ ਰਹੂੰ ਮੈਂ ਕਲ ਜ਼ਰੂਰ ਕਹਨੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਹਨੀ ਹੈ ਕਿਰਾਏ ਤੇ ਮੇਰਾ ਰਹਿਣਾ ਰਾਈਟ ਹੈ ਅੱਜ ਵੀ ਇਸ ਕੋਠੀ 'ਚ ਬੈਠੀ ਆ ਮੈਂ ਮਾਲਕ ਨੂੰ ਨਹੀਂ ਜਾਣਦੀ ਕਿਹੜਾ ਕਿਰਾਏ ਤੇ ਕੋਠੀ ਲਈ ਰੈਂਟ ਡੀਡ ਹੋਈ ਠੀਕ ਹੈ ਪ੍ਰੋਫੈਸਰ ਸਾਹਿਬ ਨੇ ਕੀਤੀ ਮੇਰੇ ਹਸਬੰਦ ਨੇ ਕੀਤੀ ਮੈਂ ਨਹੀਂ ਦੇਖਿਆ ਅਜੇ ਤੱਕ ਜੇ ਕਿਸੇ ਨੂੰ ਪੰਜਾਬ ਦੇ ਵਿੱਚੋਂ ਬੋਰਡ ਦੇ ਵਿੱਚੋਂ ਲੱਗਦਾ ਬਈ ਮਾਣੂ ਕਿ ਨਾ ਕਿਸੇ ਨੇ ਧੱਕਾ ਕੀਤਾ ਮੇਰੇ ਨਾਲ ਇੱਕ ਵਾਰੀ ਗਲਤੀ ਕਰ ਲੋ ਇੱਕ ਵਾਰ ਉਹਨਾਂ ਨੇ ਇਹ ਵੀ ਕਹੀ ਕਿ ਜੇ ਕੋਠੀ ਲਈ ਤਾਂ ਕਾਗਜ਼ ਕਿਉਂ ਨਹੀਂ ਦੇਖੇ ਤੁਸੀਂ ਮੈਨੂੰ ਕੋਠੀ ਕਿਹਦੀ ਹੈ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਤਿੰਨ ਵਾਰੀ ਕਾ ਕੇ ਦੇਖਿਆ ਹੀ ਨਹੀਂ ਮੈਂ ਗੁੱਟ ਫੇਚ ਨਹੀਂ ਹੁਣ ਵੀ ਕੋਠੀ ਗੁੱਟ ਫੇਚ ਇਹ ਇਸ ਕੋਠੀ ਦਾ ਵੀ ਜਿੱਥੇ ਆਪਾਂ ਬੈਠੇ ਆ ਤੁਹਾਨੂੰ ਨਹੀਂ ਪਤਾ ਕੌਣ ਮਾਲਕ ਹੈ ਇਹਦਾ ਮੈਨੂੰ ਬਿਲਕੁਲ ਨਹੀਂ ਪਤਾ ਮਨਪ੍ਰੀਤ ਕੌਰ ਨੇ ਰੈਂਟ ਡੀਡ ਬਣਵਾਇਆ ਮੇਰੇ ਹਸਬੰਦ ਨੇ ਬਣਵਾ ਲਿਆ ਜਾ ਕੇ ਮੈਨੂੰ ਮੈਨੂੰ ਇੱਕ ਗੱਲ ਦੱਸੋ ਮੈਂ ਚਲੋ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਪੁੱਛਦੀ ਹਾਂ ਕਿਹੜਾ ਕਰਾਇਦਾਰ ਮਾਲਕ ਤੋਂ ਇੰਤਕਾਲ ਮੰਗੇ ਤੇ ਮਾਲਕ ਇੰਤਕਾਲ ਦਿਖਾ ਦੂ ਖਾ ਦੂ ਕੋਈ ਕਿਹੜਾ ਕਰਾਇਦਾ ਮਾਲਕ ਨੂੰ ਕਵੇ ਵੀ ਆਪਦੀ ਰਜਿਸਟਰੀ ਦੀ ਕਾਪੀ ਨਾਲ ਹੀ ਨਾਲ ਦੇ ਦੂਗਾ ਕਿਉਂਕਿ ਹੋਰ ਤਰ੍ਹਾਂ ਦੇ ਬਥੇਰੇ ਬਹਿਮ ਨਾਲੇ ਮੈਨੂੰ ਇੱਕ ਗੱਲ ਦਾ ਵਿਸ਼ਵਾਸ ਸੀ ਵੀ ਮੈਂ ਅੱਗੇ ਜਿਵੇਂ ਕਰ ਰਹੀ ਆਂ ਜਦੋਂ ਇਹਦਾ ਕੋਈ ਮਾਲਕ ਮੈਨੂੰ ਕਹੂਗਾ ਵੀ ਚਲੀ ਜਾ ਤੇ ਮੈਂ ਉੱਠ ਚੂੰਗੀ ਮੈਨੂੰ ਕੀ ਫਰਕ ਪੈਂਦਾ ਕੋਠੀ 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 ਕਬਜ਼ਾ 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 ਇਨਸਾਨ ਦਾ ਤਾਂ ਅਗਲੇ ਪਲ ਦਾ ਸਾਧਾ ਨਹੀਂ ਪਤਾ ਮੈਂ ਜੇ ਘਰ ਬਣਾਉਣ ਦੀ ਇੱਛਾ ਹੋਵੇ ਮੇਰੇ ਲੋਕਾਂ ਨੂੰ ਲੁੱਟਣ ਦੀ ਇੱਛਾ ਹੈ ਮੇਰੇ ਹਲਕੇ ਚ ਘੁੰਮ ਕੇ ਚਲੇ ਜਾਓ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਇੱਕ ਸਿੰਗਲ ਬੰਦਾ ਕੱਢ ਲਿਆਓ ਤੁਸੀਂ ਜਿਹੜਾ ਕਦੇ ਮਾਨੂੰਕੇ ਨੇ ਮੇਰਾ ਕੰਮ ਕਰਾਇਆ ਸੀ ਤੇ ਉਹਦੇ ਬਦਲੇ ਮੇਰੇ ਤੋਂ ਚਾਹ ਪੀਤੀ ਉਹਦੇ ਬਦਲੇ ਮੇਰੇ ਤੋਂ ਕੋਈ ਬੈਨੀਫਿਟ ਮੰਗਿਆ ਮੈਨੂੰ ਪਤਾ ਵੀ ਨਹੀਂ ਦਿਨ ਦੇ ਵਿੱਚ ਬੈਠਦੀ ਆ ਅੱਜ ਸਾਡਾ ਆ ਕੰਮ ਕਰ ਦਿਓ ਰეკਮੈਂਡਡ ਅੱਜ ਆਹ ਕਰ ਦਿਓ ਰეკਮੈਂਡਡ ਅਫਸਰ ਨੂੰ ਫੋਨ ਕਰ ਤਾਂ ਤੂੰ ਚਲ ਜਾ ਮੈਂ ਲੋਕਾਂ ਦੀ ਸੇਵਾ ਕਰਨ ਆਈ ਆਂ ਬਚਨਵੱਦ ਦਾ ਪੰਜਾਬ ਦੇ ਲੋਕਾਂ ਲਈ ਤੇ ਮੇਰੇ ਉਹਨਾਂ ਐਨਆਰਆਈ ਭਰਾਵਾਂ ਲਈ ਬਚਨਵੱਦ ਦਾ ਜਿਹੜੇ ਮੈਨੂੰ ਡੇਲੀ ਫੋਨ ਕਰਕੇ ਮੇਰੇ ਹੱਕ 'ਚ ਖੜਦੇ ਤੇ ਮੇਰੇ ਹੌਸਲਾ ਦਿੰਦੇ ਆ ਜਿਸ ਵਤ ਜਜ਼ਬਾਤੀ ਹੋਏ ਹੋ ਬਿਲਕੁਲ ਹੋਣਾ ਕਿਉਂ ਨਾ ਹੋਮਾ ਮੈਨੂੰ ਇੱਕਲ ਦਾ ਜਵਾਬ ਦੋ ਤੁਸੀਂ ਮੱਕੜ ਜੀ ਮੈਨੂੰ ਇੱਕਲ ਦਾ ਜਵਾਬ ਦੋ ਮੈਂ ਕੋਠੀ ਹੀ ਕਿਰਾਏ ਤੇ ਲਈ ਸੀ ਤੇ ਮੈਂ ਉਹਨੂੰ ਕਹਿਣ ਨੂੰ ਤਿਆਰ ਸੀ ਪੇਪਰ ਛੱਡ ਦਾਂਗੇ 1 ਮਹੀਨੇ 11 5 ਤੋਂ 11 6 ਤੱਕ ਐਸਾ ਕਿਹੜਾ ਤੂਫਾਨ ਆ ਗਿਆ ਕਿ ਮੈਨੂੰ ਲੱਗਿਆ ਵੀ ਮੇਰੀ ਇੰਟੈਂਸ਼ਨ ਮਾੜੀ ਲੱਗੀ ਅੱਜ ਮੇਰੇ ਪੂਰੇ ਪਰਿਵਾਰ ਦੇ ਅਕਾਊਂਟ ਦੇ ਵਿੱਚ ਠੀਕ ਹੈ ਸ਼ਰਮ ਉਹਦੀ ਤਾਂ ਸੀ ਪੱਤਵਾ 6-7 ਲੱਖ ਰੁਪਏ ਹੋਗਾ ਕਿਉਂਕਿ ਜਿੰਨਾ ਘਰ ਚੋਂ ਸੀ ਆਏ ਆ ਤੁਸੀਂ ਵੀ ਤੁਸੀਂ ਆਪਣੇ ਬੱਚਿਆਂ ਦੀ ਫੀਸਾਂ ਦੇਣੀਆਂ ਹੁੰਦੀਆਂ ਮੇਰੇ ਅਕਾਊਂਟ 'ਚੋਂ ਮੇਰੇ ਬੱਚਿਆਂ ਦੀ ਫੀਸ ਜਾਂਦੀ ਹੈ ਮੇਰਾ ਕਿਰਾਇਆ ਵੀ ਮੇਰੇ ਅਕਾਊਂਟ ਚ ਹੋ ਜਾਂਦਾ ਜਿੰਨਾ ਸੀ ਮੈਨੇਜ ਕਰਕੇ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਭੋਰਾ ਦਰਦ ਨਹੀਂ ਗਰੀਬੀ ਦਾ ਦਰਦ ਨਹੀਂ ਦਰਦ ਤਾਂ ਇਹਨਾਂ ਨੇ ਕੁੱਝੀਆਂ ਚਾਲਾਂ ਦਾ ਉਹ ਮੈਨੂੰ ਕੋਈ ਦਰਦ ਨਹੀਂ ਹੁਣ ਵੀ ਗਰੀਬ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ ਅਮੀਰ ਕਿਹੜਾ ਹੁੰਦਾ ਕਿਹਨੂੰ ਅਮੀਰ ਕਹਿੰਦੇ ਹੋ ਤੁਹਾਡੀ ਨਜ਼ਰ ਚ ਅਮੀਰ ਕਿਹੜਾ ਹੁੰਦਾ ਚਲੋ ਆਪਾਂ ਇੱਥੇ ਚੱਲਦੇ ਆ ਪੈਸੀ ਵਾਲਾ ਬੰਦਾ ਅਮੀਰ ਹੈ ਕਿੰਨੇ ਲੱਖ ਤੱਕ ਉਹਦੇ ਕੋਲੇ ਹੋਣਾ ਚਾਹੀਦਾ ਇਹਦਾ ਪੈਮਾਨਾ ਤਾਂ ਕੀ ਤੈਅ ਕੀਤਾ ਜਾਂਦਾ ਚਲੋ ਉਹ ਮੰਨਦੇ ਆ ਅਮੀਰ ਆ ਮੈਨੂੰ ਮੇਰੇ ਲੋਕਾਂ ਨੇ ਕੀਤਾ ਦੂਜੀ ਵਾਰੀ ਜਿਤਾ ਕੇ ਗਰੀਬ ਐ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਅੱਜ ਮੈਂ ਮੇਰੇ ਪੂਰੇ ਵਾਰਡ ਦੇ ਵਿੱਚ ਇੱਕ ਕੋਠੀ ਨਹੀਂ ਬਣਾ ਸਕੀ ਇੱਕ ਕੋਠੀ ਨਹੀਂ ਬਣਾ ਸਕੀ ਮੇਰੇ ਕੋਲ ਕਿਸ਼ਤ ਨਹੀਂ ਦੇਣ ਦੇ ਪੈਸੇ ਤਾਂ ਮੈਂ ਲੋਕਾਂ ਨੂੰ ਲੁੱਟਦੀ ਫੇਰਾ ਜਿਹਦੇ ਕੋਲੇ ਆਪਦੀ ਪ੍ਰਾਪਰਟੀ ਹੁੰਦੀ ਐ ਜਿਹਦਾ ਚੰਗਾ ਬੈਂਕ ਬੈਲੈਂਸ ਹੁੰਦਾ ਜਿਹੜਾ ਬੰਦਾ ਫਾਈਨੈਂਸ਼ਲੀ ਅਮੀਰ ਆ ਪਉ ਨੂੰ ਮੰਨਦੇ ਆ ਜਿਹਦੇ ਕੋਲੇ ਚੰਗਾ ਬੈਂਕ ਬੈਲੈਂਸ ਹੋਵੇ ਜਿਹਦੇ ਕੋਲੇ ਆਪਦੀ ਕੋਠੀ ਹੋਵੇ ਮੇਰਾ ਅਕਾਊਂਟ ਚੈੱਕ ਕਰ ਸਕਦੇ ਹੋ ਉੱਥੇ ਹੀ ਹੈ ਮੇਰੇ ਬੱਚਿਆਂ ਦੇ ਅਕਾਊਂਟ ਨੰਬਰ ਦੇ ਦੂੰਗੀ ਤੁਹਾਨੂੰ ਪਤਾ ਲੱਗ ਜਾਏਗਾ ਦੂਜੀ ਗੱਲ ਪਰ ਮੈਂ ਅਮੀਰ ਬਹੁਤ ਐ ਕਿਉਂਕਿ ਮੈਨੂੰ ਲੋਕਾਂ ਨੇ ਦੂਜੀ ਵਾਰ ਜਦੋਂ ਜਿਤਾਤਾ ਮੇਰੇ ਅੰਡਰ ਉਹ ਚੀਜ਼ਾਂ ਆ ਗਈਆਂ ਜਿਹੜੀਆਂ ਮੈਂ ਲੋਕਾਂ ਦੇ ਲਈ ਕਲਮ ਲਿਖ ਸਕਦੀ ਹਾਂ ਪੈਸਾ ਫਾਈਨਾਂਸ ਆਉਂਦਾ ਜਾਂਦਾ ਰਹਿੰਦਾ ਮੈਨੂੰ ਕੋਈ ਫਰਕ ਨਹੀਂ ਇਤੋਂ ਵੀ ਘਟ ਕੇ ਘਟ ਗਿਆ ਜਰ ਰਹਿਣਾ ਪੈ ਗਿਆ ਜਾਂ ਛੋਟੇ ਤੋਂ ਛੋਟੇ ਚੱਲਣਾ ਪੈ ਗਿਆ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਮੈਂ ਲੋਕਾਂ ਦੇ ਕੰਮ ਆ ਰਹੀ ਹਾਂ ਜਦੋਂ ਬੀਬੀਆਂ ਆ ਕੇ ਮੇਰੇ ਸਿਰ ਤੇ ਰੱਖ ਕੇ ਹੱਥ ਆਸ਼ੀਰਵਾਦ ਦਿੰਦੀਆਂ ਧੰਨਵਾਦ ਕਰਦੀਆਂ ਸਾਡਾ ਕੰਮ ਹੋ ਗਿਆ ਜਾਂ ਕਿਸੇ ਦੀ ਘਰੇ ਧੀ ਵਸਦੀ ਹੈ ਮੇਰੀ ਫੇਸਬੁੱਕ ਤੇ ਦੇਖੋ ਮੈਂ ਉਦੋਂ ਆਪਣੇ ਆਪ ਨੂੰ ਬਹੁਤ ਅਮੀਰ ਫੀਲ ਕਰਦੀ ਹਾਂ ਮੈਂ ਉਦੋਂ ਲੱਗਦਾ ਮੈਨੂੰ ਹੁਣ ਮੈਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜੀ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਆਪਦੀ ਗੱਲ ਰੱਖੀ ਔਰ ਜੇ ਜੋ ਸੱਚ ਹੈ ਉਹਦਾ ਨਤਾਰਾ ਹੋਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਗੱਲ ਦੀ ਹਾਮੀ ਭਰੋਗੇ ਕਿ ਜੋ ਸਹੀ ਮਾਲਕ ਹੈ ਉਹ ਆਪਣੀ ਕੋਠੀ ਉਹਨੂੰ ਮਿਲੇ ਤੇ ਤੁਹਾਡੇ ਤੇ ਵੀ ਜਿਹੜਾ ਇਹ ਦੋਸ਼ ਲੱਗਿਆ ਕਿ ਕਰਮ ਸਿੰਘ ਤੁਹਾਡਾ ਬੰਦਾ ਹੈ ਜੋ ਸੱਚ ਹੈ ਉਹ ਸੱਚ ਸਾਹਮਣੇ ਆਵੇ ਬਿਲਕੁਲ ਬਹੁਤ ਧੰਨਵਾਦ ਬਹੁਤ ਧੰਨਵਾਦ ਫਿਲਹਾਲ ਇਸ ਪੇਸ਼ਕਸ਼ ਚੇਨਈ ਸਰਬਜੀਤ ਕੋਰ ਮਾਨੂਕੇ ਦੇ ਨਾਲ ਡਿਟੇਲ ਦੇ ਵਿੱਚ ਇਸ ਮੁੱਦੇ ਦੇ ਉੱਤੇ ਗੱਲਬਾਤ ਹੋਈ ਹੈ ਇੱਕ ਆਖਰੀ ਗੱਲ ਇਹ ਜ਼ਰੂਰ ਹੈ ਤੁਹਾਡੀ ਪਾਰਟੀ ਨੂੰ ਤੁਹਾਡੇ ਤੇ ਭਰੋਸਾ ਹੈ ਬਿਲਕੁਲ ਭਰੋਸਾ ਹੈ ਪਰ ਇੱਕ ਗੱਲ ਸਾਡੀ ਪਾਰਟੀ ਦੀ ਇੱਕ ਖਾਸੀਅਤ ਹੈ ਜਿਸ ਤਰ੍ਹਾਂ ਪਿਛਲੀ ਪਾਰਟੀ ਦੇ ਵਿੱਚ ਮੰਤਰੀ ਕੋਈ ਗਲਤੀ ਕਰਦਾ ਸੀ ਕੋਟਾਲਾ ਕਰਦਾ ਸੀ ਸਾਰੇ ਜਣੇ ਪਿੱਛੇ ਲੱਗ ਕੇ ਕਲੀਨ ਚਿੱਟ ਫੜਾ ਜਾਂਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਮੈਨੂੰ ਇੰਨਾ ਭਰੋਸਾ ਠੀਕ ਹੈ ਅਸੀਂ ਆਪਣੇ ਪ੍ਰੋਸੈਸ ਦੇ ਵਿੱਚੋਂ ਨਿਕਲਦੇ ਹਾਂ ਕੋਈ ਗੱਲ ਨਹੀਂ ਜਦੋਂ ਅਸੀਂ ਸੱਚੇ ਆ ਤਾਂ ਅਸੀਂ ਆਂਡੀ ਇਨਫਲੂਐਂਸ ਕਿਸੇ ਤੋਂ ਕਿਉਂ ਲਈਏ ਮੈਨੂੰ ਸਰਦਾਰ ਭਗਵੰਤ ਸਿੰਘ ਮਾਨਜੀ ਤੇ ਅਰਵਿੰਦ ਕੈਰੀਵਾਲਜੀ ਤੇ ਪੂਰਾ ਭਰੋਸਾ ਕਿ ਉਹ ਮੇਰੇ ਸੱਚ ਨੂੰ ਪਰਖਣਗੇ ਤੇ ਪਰਖ ਵੀ ਰਹੇ ਆ ਬਹੁਤ ਧੰਨਵਾਦ ਇਹ ਸਨ ਸਰਬਜੀਤ ਕੌਰ ਮਾਨੁਕੇ ਡਿਟੇਲ ਚ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਇਸ ਪੇਸ਼ਕਸ਼ ਚ ਇਨਾਈ ਇਜਾਜ਼ਤ ਦਿਓ ਧੰਨਵਾਦ